ਸਰੀ ਸਤਿਗਾਲੀ ਸਾਰਿਆਂ ਨੂੰ ਸਵਾਗਤ ਹੈ ਪੰਜਾਬ ਵੱਡਾ 247 ਤੇ ਇੱਕ ਵਾਰੀ ਫੇਰ ਤਰੀਕ ਹੋ ਚੁੱਕੀ ਹੈ 26 ਮਈ ਤਾਂ ਜੀ ਸੌਰੀ ਥੋੜਾ ਜਿਹਾ ਲੇਟ ਹੋਣ ਲਈ ਅੱਜ ਲਾਈਟ ਹੀ ਬਹੁਤ ਜਾਣ ਲੱਗੀ ਯਾਰ ਰਾਤੀ ਵੀ ਘਰੇ ਵੀ ਲਾਈਟ ਚੱਲ ਗਈ ਸਵੇਰੇ ਪੱਗ ਨਹੀਂ ਬੰਨੀ ਤੇ ਹੁਣ ਇੱਧਰ ਆਏ ਤਾਂ ਇੱਧਰ ਵੀ ਸਟੂਡੀਓ ਬੰਦ ਲਾਈਟ ਚਲੀ ਗਈ ਕਹਿੰਦੇ ਬਾਜੀ ਇਹੀ ਚੱਲਿਆ ਹੋਇਆ ਕੰਮ ਮੇਮ ਨੂੰ ਬਹੁਤ ਕੰਮ ਖਰਾਬ ਕੀਤਾ ਹੋਇਆ ਮੌਸਮ ਵਗੈਰਾ ਖਰਾਬ ਚੱਲ ਰਿਹਾ ਹੈ ਚਲੋ ਐਨੀਵੇ ਸ਼ੁਰੂ ਕਰਦੇ ਆ ক্লাস ਆਨੀ ਸਾਰੇ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਜੀ ਸ਼੍ਰੀ ਰਾਮ ਹਰ ਹਰ ਮਹਾਦੇਵ ਕੀ ਹਾਲ ਚਾਲ ਸਾਰਿਆਂ ਦਾ ਤਾਂ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਸਾਰਿਆਂ ਨੂੰ ਗੁੱਡ ਮਾਰਨਿੰਗ ਥੋੜਾ ਜਿਹਾ ਲੇਟ ਹੋਣ ਲਈ ਬਹੁਤ ਬਹੁਤ ਮਾਫੀ ਤਾਂ ਸਰ ਉਹ ਮਿਸਿੰਗ ਲੈਕਚਰ ਦਾ ਹੱਲ ਕਰ ਦਿਓ ਕੋਈ ਐਸਪੀ ਭਾਜੀ ਕਿਹੜੇ ਮੈਨੂੰ ਤਾਂ ਦੱਸਿਆ ਹੀ ਨਹੀਂ ਯਾਰ ਮੈਂ ਤੁਹਾਨੂੰ ਪੁੱਛਿਆ ਵੇ ਕਿਹੜੇ ਵਾਲੇ ਮਿਸਿੰਗ ਲੈਕਚਰ ਨੇ ਤੈਨੂੰ ਮੈਨੂੰ ਦੱਸ ਤਾਂ ਯਾਰ ਟੌਪਿਕ ਦੱਸ ਜਿਹੜੇ ਉੱਥੋਂ ਹਟੇ ਹੋਏ ਨੇ ਮੈਨੂੰ ਮਿਸਿੰਗ ਲੈਕ ਤਾ ਜੀ ਸਾ ਠੀਕ ਹੈ ਸਰ ਨੂੰ ਗੁੱਡ ਮਾਰਨਿੰਗ ਸਾਡੀ ਕੱਲ ਦੀ ਪੀਡੀਐਫ ਨਹੀਂ ਦਿੱਤੀ ਅੱਜ ਲੱਗ ਜੂਗੀ ਟੈਨਸ਼ਨ ਨਾ ਲੋ ਥੋੜੀ ਜੀ ਕੱਲ ਦੀ ਪੀਡੀਐਫ ਲਈ ਮਾਫੀ ਕੱਲ ਥੋੜਾ ਜਿਹਾ ਕੰਮ ਸੀ ਮੈਨੂੰ ਤਾਂ ਮੈਂ ਕੱਲ ਕਲਾਸਿਸ ਲੈ ਕੇ ਨਿਕਲ ਗਿਆ ਸੀ ਇੱਥੋਂ ਤਾਂ ਪੀਡੀਐਫ ਨਹੀਂ ਦੇ ਸਕਿਆ ਨਾ ਗਰੁੱਪ ਤੇ ਦਿੱਤੀ ਬਣਾ ਇੱਥੇ ਦਿੱਤੀ ਤਾਂ ਨਿਕਲ ਗਿਆ ਸੀ ਮੈਂ ਕੱਲ ਅੱਜ ਤੁਹਾਨੂੰ ਮਿਲ ਜੂਗੀ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਸ਼ੁਰੂ ਕਰਦੇ ਆ ਕਲਾਸ ਨੂੰ ਬਿਨਾ ਕਿਸੇ ਭੁਗਾਈ ਦੇ ਪਹਿਲਾਂ ਛੋਟੀ ਜੀ ਗੱਲ ਐ ਇੱਕ ਵਾਰ ਚੈਨਲ ਨੂੰ ਜੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਕਿਉਂਕਿ ਨੋਟੀਫਿਕੇਸ਼ਨ ਨਹੀਂ ਆਂਦੀ ਬਾਕੀ ਇੱਕ ਗੱ ਫਿਰ ਉਸ ਤੋਂ ਚਾਰ ਨੋਟੀਫਿਕੇਸ਼ਨ ਬਾਕੀ ਕੁਝ ਨਹੀਂ ਰੈਂਡਮ ਭੇਜਦਾ ਤੇ ਉਹਦੇ ਲਈ ਟੈਲੀਗ੍ਰam ਜਰੂਰ ਜੁਆਇਨ ਕਰ ਲੋ ਟੈਲੀਗ੍ਰam ਤੇ ਮੈਂ ਹਮੇਸ਼ਾ ਤੁਹਾਨੂੰ ਭੇਜਦਾ ਭੇਜਦਾ ਹੁੰਦਾ ਠੀਕ ਹੈ ਤਾਂ ਜੀ ਇੱਕ ਵਾਰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਬਾਕੀ ਚੱਲੀਏ ਫਿਰ ਅੱਗੇ ਪਹਿਲਾਂ ਆਪਾਂ ਕਰਾਂਗੇ ਆਲੇ ਰਿਵਿਊਸ਼ਨ ਤੇ ਰਿਵੀਜ਼ਨ ਠੀਕ ਹੈ ਜਿਹੜਾ ਨਵਾਂ ਜੁੜਿਆ ਇੱਕ ਵਾਰ ਦੁਬਾਰੇ ਦੱਸ ਦੇਣਾ ਆਪਾਂ ਕਰਦੇ ਕਿਦਾਂ ਆਪਾਂ ਪਹਿਲਾਂ ਕਰਾਂਗੇ ਜਿਹੜੇ ਆਪਾਂ ਕੱਲ ਕੁਐਸਚਨ ਕੀਤੇ ਸੀਗੇ ਕੱਲ ਕਿਹੜੇ ਮਤਲਬ ਕਿ ਕੱਲ ਪਿਛਲੇ ਕੱਲ 25 ਮਿੰਨ ਜਿਹੜੇ ਕੁਐਸਚਨ ਕੀਤੇ ਸੀ ਉਹਨਾਂ ਦੇ ਪਹਿਲਾਂ ਆਪਾਂ ਕਰੂੰਗੇ ਰਿਵੀਜ਼ਨ ਜੇ ਕੋਈ ਨਵਾਂ ਜੁੜਿਆ ਸਾਡੇ ਨਾਲ ਠੀਕ ਹੈ ਉਹਨਾਂ ਦੇ ਪਹਿਲਾਂ ਆਪਾਂ ਕਰੂੰਗਾ ਕਿ ਰਿਵੀਜ਼ਨ ਕਰੂੰਗਾ ਉਹਨਾਂ ਦੀ ਫਿਰ ਉਹ ਤੋਂ ਬਾਅਦ ਉਹ ਤੋਂ ਬਾਅਦ ਅਸੀਂ ਕਰਾਂਗੇ ਵੀ ਜਿਹੜੇ ਅੱਜ ਵਾਲੇ ਕਰੰਟ ਅਫੇਅਰ ਹੋਏ ਅੱਜ ਵਾਲੇ ਕਰੰਟ ਅਫੇਅਰ ਜਿੱਦਾਂ ਕਿ ਅੱਜ ਤੁਹਾਨੂੰ ਬਹੁਤ ਇੰਪੋਰਟੈਂਟ ਚੀਜ਼ਾਂ ਕਰਾਉਣੀਆਂ ਨੇ ਮੋਦੀ ਜਿਹੜਾ ਜਿਹੜਾ ਟ੍ਰਿਪ ਗਿਆ ਸੀ ਜਾਪਾਨ ਤੇ ਜਿਹੜੇ ਵੱਡੇ ਵੱਡੇ ਉਹਦੇ ਵਿੱਚ ਫੈਸਲੇ ਲਿੱਤੇ ਗਏ ਉਹਦੇ ਬਾਰੇ ਸਾਰੀਆਂ ਗੱਲਾਂ ਆ ਪ੍ਰੋਪਰ ਮੈਂ ਤੁਹਾਨੂੰ ਕਿਹਾ ਸੀ ਆਪਾਂ ਵੀਡੀਓ ਵੀਡੀਓ ਪਾ ਕੇ ਪੂਰਾ ਗਾਹ ਪਾ ਦੇਣਾ ਤਾਂ ਪ੍ਰੋਪਰ ਇਹ ਸਾਰਾ ਅੱਜ ਅੱਜ ਪੜ੍ਹਾਂਗੇ ਅਸੀਂ ਤੁਹਾਡੇ ਸਾਹਮਣੇ ਕਿ ਕਿਹੜੇ ਕਿਹੜੇ ਇੰਪੋਰਟੈਂਟ ਡਿਸੀਜਨ ਲਿੱਤੇ ਗਏ ਕਿਹੜੇ ਗਿਫਟ ਵਗੈਰਾ ਦੇਤੇ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬੜੇ ਨੇ ਸਭ ਚੀਜ਼ਾਂ ਬਾਰੇ ਇਹਦੇ ਵਿੱਚੋਂ ਸਵਾਲ ਬਣਦੇ ਨੇ ਜਿੱਦੇ ਤੁਸੀਂ ਕਹਿੰਦੇ ਨਾ ਪੇਪਰ ਵਿੱਚ ਇਹ ਤਾਂ ਕਰੰਟ ਅਫੇਅਰ ਸੀਗਾ ਹੀ ਨਹੀਂ ਉਹ ਇੱਧਰ ਹੁੰਦਾ ਕਿਉਂਕਿ ਕਿਤੇ ਨਹੀਂ ਅਖਬਾਰ ਵਿੱਚ ਤੱਕ ਨਹੀਂ ਲਿਖੀ ਹੋਈ ਚੀਜ਼ਾਂ ਇਹ ਤੇ ਬਹੁਤ ਇੰਪੋਰਟੈਂਟ ਹੈ న్యూਸ ਵਿੱਚ ਬਹੁਤ ਰਹੀਆਂ ਅਖਬਾਰ ਵਿੱਚ ਹੈ ਕਿੱਥੇ ਹੈ ਡਿਟੇਲ ਵਿੱਚ ਜਿਹੜਾ ਕੋਈ ਪੜਦਾ ਨਹੀਂ ਤਾਂ ਉਹ ਤੁਹਾਡੇ ਲਈ ਇੱਧਰ ਕਾਫੀ ਸਾਰੇ ਕਰੰਟ ਅਫੇਅਰ ਆਈਐਸਬੀ ਦੇ ਉਹ ਕਨਵੋਕੇਸ਼ਨ ਹੈ ਆ ਮੁੰਡਾ ਗ੍ਰਫਤਾਰ ਹੋ ਗਿਆ ਫਿਰ ਇਹ ਤੋਂ ਬਾਅਦ ਆਪਾਂ ਕੀ ਕਰਦੇ ਹਾਂ ਇਹ ਤੋਂ ਬਾਅਦ ਅਸੀਂ ਕਰੂਗੇ 24 ਮਈ ਯਾਨੀ ਕਿ ਤਰਸੋਂ ਦੇ ਪਿਛਲੇ ਪਰਸੋਂ ਦੇ ਕਿਰੇ ਕਰੰਟ ਅਫੇਅਰ ਦੀ 1 ਲਾਈਨਰ ਵਿੱਚ ਰਿਵੀਜ਼ਨ ਇਹ ਸਾਰੇ 1 ਲਾਈਨਰ ਵਿੱਚ ਰ ਮਤਲਬ ਕਿ ਇੱਕ ਕਲਾਸ ਲਾ ਕੇ ਸਿਰਫ ਇੱਕ ਕਲਾਸ ਲਾ ਕੇ ਤੁਹਾਡੇ 3 ਦਿਨ ਦਾ ਕਰੰਟ ਅਫੇਅਰ ਹੋ ਰਹੇ ਨੇ ਅੱਜ ਦੇ ਹੋ ਰਹੇ ਨੇ ਕੱਲ ਦੀ ਰਿਵੀਜ਼ਨ ਹੋ ਰਹੀ ਹੈ ਤੇ ਪਰਸੋਂ ਦੀ ਵੀ ਰਿਵੀਜ਼ਨ ਹੋ ਰਹੀ ਹੈ ਤਾਂ ਇਹ ਵਾਲੀ ਕਲਾਸ ਬਿਲਕੁਲ ਨਾ ਛੱਡਿਓ ਬਹੁਤ ਜ਼ਿਆਦਾ ਕੰਮ ਆਣ ਵਾਲੀ ਹੈ ਇਸੇ ਕਲਾਸ ਤੋਂ ਤੇ ਨਾਲ ਨਾਲ ਸੂਰਮਾ ਬੈਚ ਤੋਂ ਤੁਹਾਡੇ ਕੋਲ ਨਾਇਬ ਤਹਿਸੀਲਦਾਰ ਵਿੱਚ ਕਰੰਟ ਅਫੇਅਰ ਦੇ ਸਵਾਲ ਆਏ ਸੀ ਇਸ ਕਲਾਸ ਤੋਂ ਕਿੱਦਾਂ ਕਿ ਅਪ੍ਰੈਲ ਵਾਲੇ ਮਾਰਚ ਅਪ੍ਰੈਲ ਵਾਲੇ ਸਵਾਲ ਤੇ ਸੂਰਮਾ ਬੈਚ ਤੋਂ ਜਿਹੜੇ ਪਿਛਲੇ ਸਾਲ ਜਿਹੜੇ ਕਹਿੰਦੇ ਸਰ ਅਪ੍ਰੈਲ 2021 ਦਾ ਸਵਾਲ ਆ ਗਿਆ ਥਾ ਸਰ ਅਗਸਤ 2021 ਦਾ ਸਵਾਲ ਆ ਗਿਆ ਥਾ ਉਹ ਸੁਰਮਾ ਬੈਠ ਤੋ ਹੀ ਆ। ਤਾਂ ਜੀ ਸ਼ੁਰੂ ਕਰਦੇ ਹੁਣ ਬਿਨਾ ਕਿਸੇ ਪਕਾਈ ਦੇ ਹੈ ਨਾ। ਕਿਹ ਸਰ ਪਕਾਈ ਨਹੀਂ ਮਾਰ ਲਈ। ਹੁਣ ਕਹਿੰਦੇ ਕਿ ਸ਼ੁਰੂ ਕਰਦੇ ਬਿਨਾ ਕਿਸੇ ਪਕਾਈ ਕੇ। ਹੈ। ਚਲੋ ਸਵਾਲ ਸ਼ੁਰੂ ਕਰਦੇ ਆ ਫਿਰ। ਆਓ ਵੇਖੋ ਪਹਿਲਾ ਸਵਾਲ ਤੁਹਾਡੇ ਅੱਗੇ ਇਹ ਰਿਹਾ। ਤਾਂ ਜੀ ਹੂ ਹੈਜ਼ ਬੀਨ ਰੀਅਪੋਇੰਟਡ ਐਜ਼ ਦਾ ਐਮ ਡੀ ਐਂਡ ਸੀਈਓ ਆਫ ਇਨਫੋਸਿਸ। ਇਨਫੋਸਿਸ ਦਾ ਨਵਾਂ ਐਮ ਡੀ ਐਂਡ ਨਵਾਂ ਕੀ ਰੀਅਪੋਇੰਟ ਕੌਣ ਕੀਤਾ ਗਿਆ ਐਮ ਡੀ ਸੀਈਓ? ਮਨੋਜ ਸੋਨੀ, ਵਿਕਾਸ ਕੁਮਾਰ, ਇਕਬਾਲ ਸਿੰਘ ਜਾਂ ਫਿਰ ਸਲਿਲ 파ਰਕ। ਕੌਣ ਕੀਤਾ ਗਿਆ ਨਵਾਂ ਐਮ ਡੀ ਸੀਈਓ ਇਨਫੋਸਿਸ ਦਾ? ਮਨੋਜ ਸੋਨੀ, ਵਿਕਾਸ ਕੁ ਗਲਤ ਧਿਆਨ ਰੱਖਿਓ ਇਹ ਚਾਰੇ ਨਾ ਕਰੰਟ ਵਿੱਚ ਨੇ ਚਾਰੇ ਨਾਂ ਤੇ ਨਿਊਜ਼ ਹੈ ਚਾਰੇ ਨਾਂ ਤੇ ਸਵਾਲ ਬਣਦਾ ਹੈ ਤਾਂ ਹੀ ਮੈਂ ਚਾਰੇ ਨਾ ਪਾਏ ਹੋਏ ਨੇ ਇਹਦਾ ਆਨਸਰ ਬਿਲਕੁਲ ਠੀਕ ਹੋ ਜਾਂਦਾ ਹੈ ਅੰਦਰ ਦਾ ਸਲੀਲ ਪਾਰਿਕ ਬਾਕੀ ਤਿੰਨੇ ਦੇਖ ਲਓ ਕੌਣ ਹੈ ਯੂਪੀਐਸਸੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਉਹਦੇ ਪ੍ਰਧਾਨ ਬਣੇ ਨੇ ਕੌਣ ਮਨੋਜ ਸੋਨੀ ਐਮਡੀ ਆਫ ਡੀਐਮਆਰਸੀ ਦਿੱਲੀ ਮੈਟਰੋ ਰੇਲ ਕੋਰਪੋਰੇਸ਼ਨ ਦੇ ਪ੍ਰਧਾਨ ਕੌਣ ਬਣੇ ਨੇ ਵਿਕਾਸ ਕੁਮਾਰ ਚੇਅਰਮੈਨ ਆਫ ਐਨਸੀਐਮ ਐਨਸੀਐਮ ਕੀ ਹੈ ਨੈਸ਼ਨਲ ਕਮਿਸ਼ਨ ਫਾਰ ਮਾਈਨੋਰਿਟੀਜ਼ ਉਹਦੇ ਕੌਣ ਪ੍ਰਧਾਨ ਬਣੇ ਨੇ ਪੰਜਾਬ ਦੇ ਆਈਪੀਐਸ ਕਾਟਰ ਦੇ ਸਰਦਾਰ ਇਕਬਾਲ ਸਿੰਘ ਬਣੇ ਨੇ ਤਾਂ ਚਾਰੇ ਨਾਂ ਬਹੁਤ ਇੰਪੋਰਟੈਂਟ ਨੇ ਧਿਆਨ ਰੱਖਣੇ ਆ ਸੱਪਾ ਚਲੋ ਪੀਟੀਐਮ ਨੇ ਅਨਾਉਂਸ ਕੀਤਾ ਇੱਕ ਜੁਆਇੰਟ ਵੈਂਚਰ ਜਿਹਦਾ ਨਾਂ ਹੈ ਪੀਟੀਐਮ ਜਨਰਲ ਇੰਸ਼ੋਰੈਂਸ ਲਿਮਿਟਿਡ ਠੀਕ ਹੈ ਪਹਿਲਾਂ ਆਪਾਂ ਗੱਲ ਕੀਤੀ ਇਹਦੇ ਜਿਹੜੇ ਪੇਰੈਂਟ ਨੇ 197 ਉਹਦਾ ਸੀਗਾ ਹੁਣ ਫਿਰ ਵੇਚਦਾ ਕਾਫੀ ਜੰਬਜਾ ਹੂ ਇਜ਼ ਦਾ ਐਮਡੀ ਐਂਡ ਸੀਈਓ ਆਫ ਪੀਟੀਐਮ ਐਮਡੀ ਸੀਈਓ ਆਫ ਪੀਟੀਐਮ ਕੌਣ ਹੈ ਸੰਜੀਵ ਬਾਜਾਜ ਹੈ ਰਾਜੀਵ ਕੁਮਾਰ ਹੈ ਅਲਕੇਸ਼ ਕੁਮਾਰ ਸ਼ਰਮਾ ਹੈ ਜਾਂ ਫਿਰ ਵਿਜੇ ਸ਼ੇਖਰ ਸ਼ਰਮਾ ਹੈ ਦੱਸੋ ਕੌਣ ਹੈ संजीव बजाज है राजीव कुमार है अलकेश कुमार शर्मा है या फिर विजय शेखर शर्मा है बहुत इंपॉर्टेंट दसो आंसर है बिल्कुल गलत दस रहे हो ਨੇ ਸਹੀ ਦੱਸ ਰਹੇ ਹੋ ਵਿਜੇ ਕੁਮਾਰ ਨੇ ਵਿਜੇ ਸ਼ੇਖਰ ਸ਼ਰਮਾ ਹੈ ਇਹ ਬਾਕੀ ਤਿੰਨ ਨਾਂ ਕੌਣ ਨੇ ਇਹ ਇੰਪੋਰਟੈਂਟ ਹੈ ਸੰਜੀਵ ਬਾਜਾਜ ਬਣੇ ਨੇ ਸੀਆਈਆਈ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ ਦੇ ਪ੍ਰਧਾਨ ਬਣੇ ਨੇ ਰਾਜੀਵ ਕੁਮਾਰ ਕੌਣ ਬਣੇ ਨੇ ਸਾਡੇ 25th ਚੀਫ ਇਲੈਕਸ਼ਨ ਕਮਿਸ਼ਨਰ ਬਣੇ ਨੇ 25th ਚੀਫ ਇਲੈਕਸ਼ਨ ਕਮਿਸ਼ਨਰ ਬਣੇ ਨੇ ਅਲਕੇਸ਼ ਕੁਮਾਰ ਸ਼ਰਮਾ ਕੌਣ ਹੈ ਹੁਣੇ-ਹੁਣੇ ਸੈਕਟਰੀ ਬਣੇ ਨੇ ਕਹਦੇ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਆਈਟੀ ਦੇ ਤੁਹਾਨੂੰ ਮੈਂ ਉਹ ਜਿਹੜੇ ਇੰਪੋਰਟੈਂਟ ਰੀਸੈਂਟ ਅਪੁਆਇੰਟਮੈਂਟ ਸੀਗੀਆਂ ਜਿਹੜੀ ਸੈਕਟਰੀਸ ਦੀ ਸੀ ਕਿ ਮੈਂ ਦੱਸੀਆਂ ਸੀ ਕਿ ਤੁਹਾਨੂੰ ਯਾਦ ਹੋਵੇ ਜੇ ਤੁਹਾਨੂੰ ਓਬਵੀਅਸਲੀ ਮਤਲਬ ਜੇ ਤੁਸੀਂ ਕਲਾਸਾਂ ਲਾਂਦੇ ਰਹੇ ਹੋ ਰੈਗੂਲਰਲੀ ਤਾਂ ਤੁਹਾਨੂੰ ਯਾਦ ਹੋਊਗਾ ਨਹੀਂ ਤਾਂ ਓਬਵੀਅਸਲੀ ਨਹੀਂ ਯਾਦ ਹੋਊਗਾ ਤਾਂ ਉਹਦੇ ਲਈ ਹੁਣ ਇਹੋ ਜੀ ਚੀਜ਼ਾਂ ਜਿਹੜੀ ਇੰਪੋਰਟੈਂਟ ਦੇ ਹੁਣ ਇੱਕ ਚੀਜ਼ ਨੋਟਿਸ ਕਰ ਰਹੇ ਹਾਂ ਸਵਾਲ ਕਿੰਨੇ ਕਿਤੇ ਸੀ ਸਵਾਲ ਕਿੰਨੇ ਕਿਤੇ ਸੀ ਕਿੰਨੇ ਕੇ ਦੋ ਹੋ ਕਿੰਨੇ ਗਏ 1 2 3 4 ਸਵਾਲ 5 6 7 8 ਸਵਾਲ 8 ਸਵਾਲ ਹੋ ਚੁੱਕੇ ਨੇ ਸਾਡੇ ਦੋ ਸਵਾਲਾਂ ਵਿੱਚ 8 ਸਵਾਲ ਹੋ ਚੁੱਕੇ ਕਿਉਂਕਿ ਸਾਰਾ ਦਾ ਸਾਰਾ ਇਹ ਕਰੰਟ ਦਾ ਸਮਾਨ ਪਿਆ ਇਹ ਕਲਾਸ ਦੁਬਾਰੇ ਮੈਂ ਕਹੂੰਗਾ ਮਿਸ ਨਾ ਕਰੋ ਬਹੁਤ ਜ਼ਿਆਦਾ ਰਿਵੀਜ਼ਨ ਹੋ ਜੂਗੀ ਤੁਹਾਡੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਪੈਣੀ ਬਟ ਇੱਕ ਗੱਲ ਹੈ ਤੁਹਾਨੂੰ ਸਵੇਰੇ ਉੱਠਣਾ ਪੈਣਾ ਬਸ ਇੰਨਾ ਕੰਮ ਕਰਨਾ ਪੈਣਾ ਹੈ ਉੱਠ ਕੇ ਕਲਾਸ ਜਰੂਰ ਦੇਖਿਆ ਕਰੋ ਥੋੜੀ ਜਿਹੀ ਨਾ ਕਲਾਸ ਜਰੂਰ ਦੇਖਿਆ ਕਰੋ ਰਿਕਾਰਡਡ ਦੇਖ ਸਕਦੇ ਕੋਈ ਵੱਡੀ ਗੱਲ ਨਹੀਂ ਬਟ ਟਰਾਈ ਕਰੋ ਕਿ ਲਾਈਵ आओ ਲਾਈਵ ਆ ਕੇ ਕੀ ਹੋ ਕਿਉਂਕਿ ਜਿਹੜਾ ਇਹ ਟਾਈਮ ਦਿੰਦਾ ਨਾ ਵਿੱਚ ਕੀ ਦੱਸੋ ਆਹ ਕੌਣ ਹੈ ਕਿਉਂਕਿ ਜਦੋਂ ਤੁਸੀਂ ਰਿਕਾਰਡਡ ਦੇਖੋਗੇ ਤੁਸੀਂ ਕੀ ਕਰੋਗੇ ਤੁਸੀਂ ਡਬਲ ਟੈਪ ਕਰ ਦੋਗੇ ਉਹ 10 ਸੈਕਿੰਡ ਅੱਗੇ ਚੱਲ ਜਾਓਗੇ ਤੁਹਾਨੂੰ ਸਾਰੇ ਆਨਸਰ ਪਤਾ ਲੱਗ ਜਾਣਗੇ ਤਾਂ ਉਹ ਵਾਲਾ ਸਵਾਦ ਨਹੀਂ ਉਹ ਵਾਲੀ ਤੁਹਾਡੀ ਰਿਵੀਜ਼ਨ ਨਹੀਂ ਹੋਊਗੀ ਫਿਰ ਤੁਸੀਂ ਕਹੋਗੇ ਸਰ ਮੈਂ ਰੋਜ਼ ਕਲਾਸ ਦੇਖਦਾ ਜਰੂਰ ਹਾਂ ਬਟ ਮੈਨੂੰ ਯਾਦ ਨਹੀਂ ਆਉਂਦਾ ਤੁਸੀਂ ਦੇਖੋ ਹੁਣ ਕਈ ਬੱਚੇ ਕਮੈਂਟ ਕਰ ਦਿੰਦੇ ਨੇ ਕਿ ਸਰ ਮੈਂ ਥੋੜੀ ਰੋ ਤੇ ਆਨਸਰ ਸਾਹਮਣੇ ਆ ਗਏ ਤੁਹਾਨੂੰ ਦਿਮਾਗ ਲਾਣ ਦਾ ਟਾਈਮ ਹੀ ਨਹੀਂ ਮਿਲਿਆ ਤਾਂ ਘਟੋ ਘਟ ਡੇਲੀ ਕਲਾਸ ਲੈਣੀ ਸ਼ੁਰੂ ਕਰੋ ਠੀਕ ਹੈ ਚਲੋ ਅਗਲਾ ਸਵਾਲ ਵੇਅਰ ਵਿਲ ਇੰਡੀਅਨ ਆਰਮੀ ਦੀ ਰੈਡ ਸ਼ੀਲਡ ਡਿਵੀਜ਼ਨ ਖੋਲਣ ਜਾ ਰਹੀ ਹੈ ਕੋਚਿੰਗ ਸੈਂਟਰ ਫॉर ਪਿਓ ਪੂਰ ਪਿਪਲ ਕਹਿੰਦੇ ਜੀ ਜਿਹੜੇ ਗਰੀਬ ਵਿਦਿਆਰਥੀ ਨੇ ਉਹਨਾਂ ਲਈ ਇੱਕ ਕੋਚਿੰਗ ਸੈਂਟਰ ਖੋਲਣ ਜਾ ਰਹੀ ਹੈ ਇੰਡੀਅਨ ਆਰਮੀ ਦੀ ਰੈਡ ਸ਼ੀਲਡ ਡਿਵੀਜ਼ਨ ਐਸ ਬੀ ਆਈ ਨਾਲ ਸਟੇਟ ਬੈਂਕ ਆਫ ਇੰਡੀਆ ਨਾਲ ਰਲ ਕੇ ਕਿੱਥੇ ਤ੍ਰਿਪੁਰਾ ਮਣੀਪੁਰ ਮਿਜ਼ੋਰਾਮ ਜਾਂ ਫਿਰ ਅਸਮ ਤ੍ਰਿਪੁਰਾ ਮਣੀਪੁਰ ਮਿਜ਼ੋਰਾਮ ਜਾਂ ਫਿਰ ਅਸਮ ਸਰ ਨੋਟ ਨਾ ਕਰੀਏ ਤਾਂ ਯਾਦ ਨਹੀਂ ਰਹਿੰਦੇ ਬਿਲਕੁਲ ਉਹ ਤਾਂ ਸਹੀ ਹੈ ਯਾਰ ਮੈਂ ਤਾਂ ਬੇਸਿਕਲੀ ਕਹਿੰਦਾ ਦੇਖੋ ਪੀਡੀਫ ਮੈਂ ਦੇ ਦੇਣਾ ਵੱਡੀ ਗੱਲ ਕੋਈ ਹੈ ਨਹੀਂ ਬਟ ਨੋਟ ਕਰਿਆ ਕਰੋ ਆਪਣੇ ਹੱਥੀ ਲਿਖ ਕੇ ਗੱਲ ਹੀ ਅਡ ਹੁੰਦੀ ਹੈ ਤਾਂ ਆਨਸਰ ਬਿਲਕੁਲ ਠੀਕ ਹੋ ਜਾਂਦਾ ਹੈ ਦਾ ਕਿ ਮਣੀਪੁਰੀ ਦਾ ਕਰੈਕਟ ਆਨਸਰ ਤੇ ਕਿਹਦੇ ਕਿਹਦੇ ਨਾਲ ਸਟੇਟ ਬੈਂਕ ਆਫ ਇੰਡੀਆ ਫਾਊਂਡੇਸ਼ਨ ਦੇ ਨਾਲ ਕੌਣ ਕੌਣ ਨੈਸ਼ਨਲ ਇੰਟੀਗ੍ਰਿਟੀ ਐਂਡ ਐਜੂਕੇਸ਼ਨਲ ਡਵੈਲਪਮੈਂਟ ਆਰਗੇਨਾਈਜੇਸ਼ਨ ਨੇ ਇੰਡੀਅਨ ਆਰਮੀ ਰੈਡ ਸ਼ੀਲਡ ਡਿਵੀਜ਼ਨ ਨਾਲ ਮਿਲ ਕੇ ਇੱਕ ਐਮਓਯੂ ਕੀਤਾ ਹੈ ਇਹ ਗੱਲ ਤੁਸੀਂ ਧਿਆਨ ਰੱਖੋਗੇ ਚਲੋ ਅਗਲਾ ਇੰਡੀਅਨ origin ਬਿਜ਼ਨਸਮੈਨ ਨੇ ਸੁਨੀਲ ਚੋਪੜਾ ਇਹ ਬਣ ਚੁੱਕੇ ਨੇ ਮੇਅਰ ਡੈਸ਼ ਬਰੋ ਦੇ ਆਫ ਸਾਊਥ ਵਰਕ ਫਾਰ ਦਾ ਸੈਕਿੰਡ ਟਾਈਮ ਤਾਂ ਜੀ ਦੂਜੀ ਵਾਰੀ ਇਹ ਇੰਡੀਅਨ origin ਬੰਦਾ ਹੈ ਸੁਨੀਲ ਚੋਪੜਾ ਕਰਕੇ ਬਿਜ਼ਨਸਮੈਨ ਹੈ ਇਹ ਦੂਜੀ ਵਾਰੀ ਬਣ ਚੁੱਕਾ ਹੈ ਮੇਅਰ ਕਿੱਥੋਂ ਦਾ ਬਰਮਿੰਗਮ ਲੰਡਨ ਮੈਨਚੈਸਟਰ ਜਾਂ ਫਿਰ ਲਿਵਰਪੂਲ ਲਵਪ੍ਰੀਤ ਮੇਰੇ ਵੀਰ ਮੈਨੂੰ ਟੈਲੀਗ੍ਰਾਮ ਤੇ ਕਰ ਮੈਸੇਜ ਛੇਤੀ ਠੀਕ ਹੈ ਆਨਸਰ ਕੀ ਹੋ ਜਾਗਾ ਇਹਦਾ ਇਹਦਾ ਆਨਸਰ ਹੋ ਜਾਗਾ ਜੀ ਲੰਡਨ ਠੀਕ ਹੈ ਲੰਡਨ ਬਰੋ ਲੰਡਨ ਬਰੋ ਇਜ਼ ਦਾ ਕਰੈਕਟ ਆਨਸਰ ਸੁਨੀਲ ਚੋਪੜਾ ਬਣ ਚੁੱਕੇ ਨੇ ਉੱਥੋਂ ਦੇ ਆਪਾਂ ਗੱਲ ਕੀਤੀ ਹੈ ਇਹਦੇ ਬਾਰੇ ਕੱਲ ਅਗਲਾ ਪ੍ਰਕ੍ਰਿਤੀ ਵਾਰਸ਼ ਨੇ ਬਣ ਚੁੱਕੀ ਹੈ ਪਹਿਲੀ ਵੀਗਨ ਊਮਨ ਪਹਿਲੀ ਵੀਗਨ ਊਮਨ ਮਤਲਬ ਆਪਾਂ ਘਰ ਕੀਤੇ ਦੀ ਵੀਗਨ ਮਤਲਬ ਕੀ ਹੁੰਦਾ ਕੁਝ ਬਸ ਕਾ ਮਤਲਬ ਖਾਣ ਨਹੀਂ ਖਾਣਾ ਵੈਜੀਟੇਰੀਅਨ ਲੇਕਿਨ ਪਨੀਰ ਮਤਲਬ ਪਲਾਂਟ ਐਂਡ ਇਟਸ ਪ੍ਰੋਡਕਟ ਕੋਈ ਵੀ ਐਨੀਮਲ ਜਾਂ ਫਿਰ ਐਨੀਮਲ ਤੋਂ ਬਣਿਆ ਹੋਇਆ ਪ੍ਰੋਡਕਟ ਜਾਂ ਫਿਰ ਐਨੀਮਲ ਤੋਂ ਪ੍ਰੋਡਿਊਸ ਨਾ ਕੋਈ ਪ੍ਰੋਡਕਟ ਨਹੀਂ ਪੀਣਾ ਖਾਣਾ ਪੀਂਦਾ ਹੁੰਦਾ ਨਾ ਦੁੱਧ ਨਾ ਪਨੀਰ ਕੁਝ ਵੀ ਨਹੀਂ ਤਾਂ ਆਨਸਰ ਕੀ ਹੋ ਜਾਊਗਾ ਵੇਅਰ ਡਸ ਸ਼ੀ ਬਿਲੋਂਗ ਟੂ ਉਹ ਕਿੱਥੋਂ ਬਿਲੋਂਗ ਕਰਦੀ ਹੈ ਦੱਸੋ ਮੁੰਬਈ ਨਿਊ ਦਿੱਲੀ ਕੋਲਕਾਤਾ ਬੈਂਗਲੁਰੂ ਲਵਪ੍ਰੀਤ ਸਿੰਘ ਮੈਨੂੰ ਇੱਕ ਵਾਰ ਛੇਤੀ ਛੇਤੀ ਟੈਲੀਗ੍ਰਾਮ ਤੇ ਮੈਸੇਜ ਕਰੋ ਇਸ ਕਲਾਸ ਤੋਂ ਬਾਅਦ ਮੈਂ ਕਰਦਾ ਤੇ ਅੱਜ ਹਜੇ ਵੀ ਜਿਹੜਾ ਉਹ ਮੈਸੇਜ ਜਿਹੜਾ ਆਫਰ ਸੀਗਾ ਕੱਲ ਜਿਹੜਾ ਮਹਾਪੈਕ ਜਿਹੜਾ वाय 383 इलाके ਤੁਹਾਨੂੰ 1840 ਦਾ ਪੈ ਰਿਆ ਸੀ ਉਹ ਹਜੇ ਵੀ ਆਨ ਹੈ ਕਿਉਂ ਕਿ ਜਿਹੜੀ ਸਾਡੀ ਟੀਮ ਹੈ ਉਹ 11 ਵਜੇ ਤੱਕ ਆਊਗੀ ਤੇ ਜੇ ਮਿਲ ਰਿਹਾ ਦੇਖ ਲਓ ਕਿਉਂਕਿ ਵੈਸੇ ਤਾਂ 100 ਸੀ ਉੱਡ ਚੁੱਕੇ ਹੋਣੇ ਮੈਨੂੰ ਪਤਾ ਨਹੀਂ ਹੈ ਜੇ ਕਿਸੇ ਨੇ ਫੇਰ ਵੀ ਲੈਣਾ ਹੋਵੇ ਤਾਂ ਤੁਹਾਡੇ ਕੋਲ ਹੈ ਅਜੇ ਵੀ ਟਾਈਮ ਠੀਕ ਹੈ ਲਵਪ੍ਰੀਤ ਮੈਨੂੰ ਮੈਸੇਜ ਕਰ ਦੇ ਫਿਰ ਮੇਰੇ ਚਲੋ ਨਿਊ ਡელი ਇਸ ਦਾ ਕਰੈਕਟ ਆਨਸਰ ਅਗਲਾ ਟਾਪ ਯੰਗੇਸਟ ਰੇਟਿਡ ਪਲੇਅਰ ਇਨ ਦਾ ਵਰਲਡ ਕਾਦੇ ਵਿੱਚ ਚੈਸ ਵਿੱਚ ਇਨ ਚੈਸ ਚੈਸ ਦੀ ਗੱਲ ਹੋ ਰਹੀ ਹੈ ਕੁਐਸਚਨ ਥੋੜਾ ਦੂਰਾ ਜਾ ਰਹਿ ਗਿਆ ਇਹ ਅਗਲੀ ਵਾਰ ਕਰੂੰਗਾ ਪੂਰਾ ਮੈਂ ਅਗਲੀ ਵਾਰ ਇੱਕ ਕੌਣ ਹੈ ਅਮੀਰਾ ਇਸਮਾਈਲੋਵਾ ਹੈ ਕਿੱਥੋਂ ਦੀ ਵਿਦ ਫਾਈਡ ਰੇਟਿੰਗ ਆਫ 1136 ਤੇ ਇੰਡੀਆ ਤੋਂ ਕੌਣ ਸੀਗੀ ਧੈਰਾ ਅਮੀਰ ਸ਼ਰੌਫ ਫਰੋਂ ਗੁਜਰਾਤ ਉਹਦੀ ਰੇਟਿੰਗ ਸੀਗੀ 1074 ਦੂਜੇ ਨੰਬਰ ਤੇ ਤਾਂ ਪਹਿਲੇ ਨੰਬਰ ਤੇ ਹੈ ਅਮੀਰਾ ਇਸਮਾਈਲੋਵਾ 1136 ਰੇਟਿੰਗ ਕਿੱਥੋਂ ਬਿਲੋਂਗ ਕਰਦੇ ਇਜ਼ਰਾਈਲ ਅਜ਼ਰਬਾਈਜਾਨ ਉਜ਼ਬੇਕਿਸਤਾਨ ਜਾਂ ਫਿਰ ਤਾਜੀਕਿਸਤਾਨ ਕਿੱਥੋਂ ਬਿਲੋਂਗ ਕਰਦੇ ਇਹ ਇਜ਼ਰਾਈਲ ਅਜ਼ਰਬਾਈਜਾਨ ਉਜ਼ਬੇਕਿਸਤਾਨ ਜਾਂ ਫਿਰ ਤਾਜੀਕਿਸਤਾਨ ਪਿੰਡਾ ਔਜਲਾ ਵੀ ਆ ਗਿਆ ਆਪਣੇ ਕੋਲ ਤਾਂ ਚਲੋ ਇਹਦਾ ਆਨਸਰ ਕੀ ਹੋ ਜਾਊਗਾ ਇਹਦਾ ਆਨਸਰ ਹੋ ਜਾਂਦਾ ਜੀ ਅਜ਼ਰਬੈਜਾਨ ਇਹਦਾ கரੈਕਟ ਆਨਸਰ ਬਹੁਤ ਇੰਪੋਰਟੈਂਟ 5 ਸਾਲ ਦੀ ਕੁੜੀ ਇਹ ਆਪਾਂ ਸਾਰਿਆਂ ਨੇ ਬਹੁਤ ਹਨ ਸਾਰਿਆਂ ਨੂੰ ਬਹੁਤ ਸ਼ਰਮ ਆਈ ਸੀ ਪੜ੍ਹ ਕੇ ਕਿ 5 ਸਾਲ ਦੀ ਕੁੜੀ ਹੋ ਜਾ ਕੰਮ ਕਰ ਰਹੀ ਹੈ ਤੇ ਅਸੀਂ ਚਲੋ ਅਗਲਾ ਡੈਸ਼ ਸ਼ਿਖਰ धवन बिकम्स ਫਰਸਟ ਪਲੇਅਰ ਟੂ ਹਿਟ 700 ਚੌਕੇ ਇਨ ਆਈਪੀਐਲ ਦੀ ਹਿਸਟਰੀ ਕਿੱਥੋਂ ਬਿਲੋਂਗ ਕਰਦਾ ਹੈ ਉਹ ਮਤਲਬ ਕਿਹੜੀ ਟੀਮ ਤੋਂ ਖੇਡਦਾ ਹੈ ਨਾਈਟ ਰਾਈਡਰਸ ਤੋਂ ਪੰਜਾਬ ਕਿੰਗਸ ਤੋਂ ਸਨਰਾਈਜ਼ਰ ਹਾਈਦਰਾਬਾਦ ਤੋਂ ਜਾਂ ਫਿਰ ਮੁੰਬਈ ਇੰਡੀਅਨਸ ਤੋਂ ਕਿਹੜੀ ਟੀਮ ਤੋਂ ਖੇਡਦਾ ਹੈ ਕੌਣ ਸ਼ਿਖਰ ਧਵਨ ਕੋਲਕਾਤਾ ਨਾਈਟ ਰਾਈਡਰ ਪੰਜਾਬ ਕਿੰਗ ਸਨਰਾਈਜ਼ਰ ਹਾਈਦਰਾਬਾਦ ਜਾਂ ਫਿਰ ਮੁੰਬਈ ਇੰਡੀਅਨ ਕਿਹੜੀ ਟੀਮ ਤੋਂ ਖੇਡਦਾ ਹੈ ਆਪਣਾ ਭਰਾ ਦੱਸੋ ਛੇਤੀ ਛੇਤੀ ਕੋਲਕਾਤਾ ਨਾਈਟ ਰਾਈਡਰ ਪੰਜਾਬ ਕਿੰਗ ਸਨਰਾਈਜ਼ਰ ਹਾਈਦਰਾਬਾਦ ਜਾਂ ਫਿਰ ਮੁੰਬਈ ਇੰਡੀਅਨ ਤਾਂ ਆਨਸਰ ਇਹਦਾ ਕੀ ਹੋ ਜਾਂਦਾ ਮੈਂ ਕੱਲ ਪਤਾ ਕੀ ਲਿਖਿਆ ਸੀ ਐਕਚੁਅਲੀ ਮੈਂ ਲਿਖਿਆ ਸੀ ਕੱਲ ਇਹ ਪੀ ਬੀ ਕੇ ਐ ਉਹ ਪੂਰੀ ਨਹੀਂ ਸੀ ਫੁਲ ਫਾਰਮ ਪੀਬੀਕੇਐਸ ਕੀ ਹੈ ਪੀਬੀਕੇਐਸ ਪੰਜਾਬ ਕਿੰਗਸ ਠੀਕ ਹੈ ਧਿਆਨ ਰੱਖੋ ਇਹ ਗੱਲ ਪੀਬੀਕੇਐਸ ਕੀ ਹੈ ਪੰਜਾਬ ਕਿੰਗਸ ਚਲੋ ਬਲਜੀਤ ਕੌਰ ਕਿੱਥੋਂ ਦੀ ਕੁੜੀ ਹੈ ਜਿਹੜੀ ਬਣ ਚੁੱਕੀ ਪਹਿਲੀ ਕੁੜੀ ਜਿਨੇ 4 8000 ਮੀਟਰ ਸਮਿਟ ਕਰਤੇ 25 ਦਿਨਾਂ ਵਿੱਚ ਪਟਾਕੇ ਪਾਤੇ ਕੁੜੀ ਨੇ ਕਹੋਗੇ ਸਰ ਨਹੀਂ ਨਿਕਲ ਤੁਸੀਂ ਦੱਸਿਆ ਤਾਂ ਸੀਗਾ ਪ੍ਰਿੰਕਾ ਮੋਹਿਤਰੇ ਕਰਕੇ ਕੁੜੀ ਸੀਗੀ ਮਹਾਰਾਸ਼ਟਰ ਤੋਂ ਉਹਨੇ 5 ਕੀਤੇ ਸੀ ਬਟ ਉਹਨੇ 25 ਦਿਨਾਂ ਵਿੱਚ ਨਹੀਂ ਕੀਤੇ ਸੀ ਇਹਨੇ 4 ਜੜਾਈਆਂ ਕਰਤੀ 25 ਦਿਨਾਂ ਵਿੱਚ ਹੀ ਤਾਂ ਕਿੱਥੋਂ ਬਿਲੋਂਗ ਕਰਦੀ ਹੈ ਇਹ Shimla ਤੋਂ Hamirpur ਤੋਂ Solan ਤੋਂ ਜਾਂ ਫਿਰ Dharamshala ਤੋਂ ਦੱਸੋ Shimla Hamirpur Solan ਜਾਂ ਫਿਰ Dharamshala ਗੁੱਡ ਮਾਰਨਿੰਗ ਯਾਰ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕੋਲੀ 65 ਰਨ ਬਿਲਕੁਲ ਬਿਲਕੁਲ ਤਾਂ ਆਨਸਰ ਇਹਦਾ ਕੀ ਹੋ ਜਾਊਗਾ ਛੇ ਇਹ ਪੰਜਾਬ ਚ ਕਿਹੜਾ ਪੰਜਾਬ ਨਹੀਂ ਆਈਪੀਐਲ ਦੀ ਟੀਮ ਦੀ ਗੱਲ ਹੋ ਰਹੀ ਹੈ ਤਾਂ ਅੰਤਰ ਦਾ ਕੀ ਹੋ ਜਾਂਦਾ 16 ਦੀ ਕੁੜੀ ਸੀਗੀ ਇਹ ਕਿ ਨਾ ਬਲਜੀਤ ਗੌਰ ਤੇ ਕਿਹੜੀ ਕਿਹੜੀ ਪਹਾੜ ਚੜੀਏ ਇਹ ਵੀ ਇੰਪੋਰਟੈਂਟ ਹੈ ਸਾਡੇ ਲਈ ਮਾਉਂਟ ਲੋਹਤਸੇ ਮਾਉਂਟ ਅਨਪੂਰਨਾ ਮਾਉਂਟ ਐਵਰੇਸ ਤੇ ਮਾਉਂਟ ਕੰਚਨਜੰਗਾ ਤੇ ਜਿੱਦਾਂ ਮੈਂ ਗੱਲ ਕਹੀ ਸੀ ਕਿ ਪ੍ਰਿਅੰਕਾ ਮੋਹਿਤਰੇ ਕਰਕੇ ਕੁੜੀ ਸੀਗੇ ਪੰਜ ਚੜ ਚੁੱਕੀ ਹੈ ਪੰਜਵੀਂ ਕਿਹੜੀ ਚੜੀ ਸੀ ਇਹ ਵੀ ਮਾਉਂਟ ਧੋਲਾਗੀਰੀ ਚੜ ਚੁੱਕੀ ਹੈ ਤਾਂ ਇਹਨ ਕੀਤਾ ਪ੍ਰਿਅੰਕਾ ਮੋਹਿਤਰੇ ਦਾ ਰਿਕਾਰਡ ਲੈਵਲ ਚਲੋ Dash becomes India di dusji sab to badi cement maker with 10.5 billion dollar acquisition of Ambuja ACC chote hunde tusi dekhe hona ke Ambuja add honda si fir tusi dekhe ke ACC add honda si fir Ambuja ACC ik ho gaya hun Ambuja ACC kinne khareed liya Order Reliance wale ne Aditya Birla Adani ya fir Tata ki ne khareede dasso he matter wali hotti ke Gursevak chalo answer ida ki ho joga sheti 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 answer ida ho janda hai Adani group Adani group ida correct answer ਚਲੋ ਐਕਸ ਚੀਫ ਆਫ ਖਾਦੀ ਕਮਿਸ਼ਨ ਖਾਦੀ ਕਿਹੜਾ ਖਾਦੀ ਐਂਡ ਵਿਲੇਜ ਇੰਡਸਟਰੀ ਕਮਿਸ਼ਨ ਇਹਦੇ ਜਿਹੜੇ ਚੀਫ ਸੀਗੇ ਪੁਰਾਣੇ ਵਿਨੇ ਕੁਮਾਰ ਸਖਸ ਹੈ ਨਾ ਇਹ ਬਣ ਚੁੱਕੇ ਨੇ ਕਿੱਥੋਂ ਦੇ ਨਵੇਂ ਲੈਫਟੇਨੈਂਟ ਗਵਰਨਰ ਪੁਡੂਚੇਰੀ ਦੇ ਦਿੱਲੀ ਦੇ ਦਮਨ ਐਂਡ ਦੀਵ ਦੇ ਜਾਂ ਫਿਰ ਅੰਡਾਮਾਨ ਦੇ ਕਿੱਥੋਂ ਦੇ ਬਣ ਚੁੱਕੇ ਨੇ ਇਹਨੇ 2016 ਚ ਵੀ ਟਰਾਈ ਕੀਤੀ ਸੀ ਹੁਣ ਹੋਈ ਸਕਸੈਸ ਅੱਛਾ ਚਲੋ ਵਧੀਆ ਗੱਲ ਆ ਯਾਰ ਜਦੋਂ ਵੀ ਹੋਵੇ ਦੱਸੋ ਪੁਡੂਚੇਰੀ ਦਿੱਲੀ ਦਮਨ ਐਂਡ ਦੀਵ ਜਾਂ ਫਿਰ ਅੰਡਾਮਾਨ ਤਾਂ ਇਹ ਕਿੰਨਾ ਟਾਈਮ ਹੋ ਗਿਆ 8 ਵੀ ਹੋਗੇ ਓਹ ਅੰਤਰ ਇਹਦਾ ਹੋ ਜਾਂਦਾ ਹੈ ਕਿ ਇਹ ਬਣ ਚੁੱਕੇ ਨੇ ਦਿੱਲੀ ਦੇ ਠੀਕ ਹੈ ਜੀ ਦਿੱਲੀ ਦੇ ਨਵੇਂ ਲੈਫਟੇਨੈਂਟ ਗਵਰਨਰ ਬਣ ਚੁੱਕੇ ਨੇ ਚਲੋ ਹੈਲਥ ਮਿਨਿਸਟਰ ਮਨਸੂਖ ਮੰਡੇਵੇ ਨੇ ਐਡਰੈਸ ਕੀਤਾ ਕਿਹੜਾ ਸੈਸ਼ਨ ਆਫ ਵਰਲਡ ਹੈਲਥ ਅਸੈਂਬਲੀ ਇਨ ਜਨੀਵਾ ਤਾਂ ਜੀ WHO ਦੀ ਇੱਕ ਵਰਲਡ ਹੈਲਥ ਅਸੈਂਬਲੀ ਹੁੰਦੀ ਹੈ ਜਨੀਵਾ ਵਿੱਚ ਹੋ ਰਹੀ ਹੈ ਉਹ ਤਾਂ ਉਹਦਾ ਕਿਹੜਾ ਐਡੀਸ਼ਨ ਸੀਗਾ ਇਸ ਵਾਰ ਮਤਲਬ ਜਿਹੜਾ ਐਡਰੈਸ ਕੀਤਾ 71 73 75 ਜਾਂ ਫਿਰ 77 ਦੱਸੋ ਅਨਿਲ ਬਾਈਜਲ ਪੁਰਾਣੀ ਦਿੱਲੀ ਦੇ ਗਵਰਨਰ ਹਾਂ ਜੀ ਹਾਂ ਜੀ ਚਲੋ ਯਾਰ ਉਹ ਤਾਂ ਕਾਮਨ ਜੀ ਚੀਜ਼ਾਂ ਨੇ ਤਾਂ ਇਹਦਾ ਆਨਸਰ ਕੀ ਹੋ ਜੂਗਾ ਛੇਤੀ ਤਾਂ ਬਿਲਕੁਲ ਠੀਕ ਹੈ ਸੁਖਪ੍ਰੀਤ ਇਹ ਸਭ ਤੋਂ ਪਹਿਲਾਂ ਦਿੱਤਾ ਆਨਸਰ 75th ਹੋ ਚੁੱਕੀ ਹੈ ਤਾਂ ਇਹਦੇ ਵਿੱਚ 6 ਅਵਾਰਡ ਵੀ ਦਿੱਤੇ ਗਏ ਨੇ 6 ਅਲੱਗ-ਅਲੱਗ ਆਰਗੇਨਾਈਜੇਸ਼ਨਸ ਨੂੰ ਅਵਾਰਡ ਦਿੱਤੇ ਗਏ ਨੇ ਇੰਪੋਰਟੈਂਟ ਸਾਡੇ ਲਈ ਕੀ ਹੈ ਇੰਪੋਰਟੈਂਟ ਹੈ ਇੰਡੀਆ ਜਿਹੜੀ 1 ਮਿਲੀਅਨ ਜਿਹੜੀ ਆਸ਼ਾ ਵਰਕਰਸ ਹੈ ਉਹਨਾਂ ਨੂੰ ਵੀ ਅਵਾਰਡ ਦਿੱਤਾ ਗਿਆ ਤਾਂ ਇਹ ਥੋੜਾ ਇੰਪੋਰਟੈਂਟ ਹੈ ਨਾਲ ਨਾਲ ਉਹਨਾਂ ਨੂੰ ਅੱਗੇ ਚਲੋ ਗੱਲ ਕਰ ਲੂਗੇ ਉਹਦੇ ਬਾਰੇ ਇੱਕ ਵਾਰ ਇਹ ਪੜ ਲਓ ਪੰਜਾਬ ਦੀ ਐਗਰੀਕਲਚਰ ਡਿਪਾਰਟਮੈਂਟ ਨੇ ਫਿਕਸ ਕੀਤਾ ਟਾਰਗੇਟ ਟੂ ਬ੍ਰਿੰਗ ਕਿੰਨੇ ਲੱਖ ਏਕੜ ਆਫ ਝੋਨੇ ਦੀ ਜਿਹੜੀ ਬਜਾਈ ਹੈ ਜਿਹੜੀ ਡਾਇਰੈਕਟ ਸੀਡਿੰਗ ਆਫ ਰਾਈਸ ਯਾਨੀ ਕਿ ਡੀਐਸਆਰ ਟੈਕਨਿਕ ਤੋਂ ਕਰਨੀ ਹੈ ਤਾਂ ਜੀ ਕਿੰਨੇ ਲੱਖ ਹੈਕਟੇਅਰ ਇਹਦੇ ਅੰਡਰ ਲੈਣੇ ਨੇ ਇਹਨਾਂ ਨੇ 20 ਲੱਖ ਹੈਕਟੇਅਰ 25 ਲੱਖ ਹੈਕਟੇਅਰ 30 ਲੱਖ ਹੈਕਟੇਅਰ ਜਾਂ ਫਿਰ 35 ਲੱਖ ਹੈਕਟੇਅਰ ਕਿੰਨੇ ਲੱਖ ਹੈਕਟੇਅਰ ਲੈਣੇ ਨੇ ਇਹਨਾਂ ਨੇ ਦੱਸੋ ਛੇਤੀ ਇੱਕ ਵਾਰ ਯਾਰ ਸ਼ੇਅਰ ਕਰ ਦੋ ਆ 200 ਤਾਂ ਕਰ ਲਿਆ ਯਾਰ ਮਤਲਬ ਆਪਾਂ ਨਾ ਕੱਲ ਵੀ ਐ 180 90 180 90 ਖੇਡਦੇ ਰਹੇ ਇੱਕ ਵਾਰ ਦੱਬ ਕੇ ਸ਼ੇਅਰ ਕਰ ਦੋ ਮੇਰੇ ਕਹੇ ਤੇ ਲਾਈਕ ਤੁਸੀਂ ਚਲੋ ਕਰਿਆ ਨਹੀਂ ਕੋਈ ਗੱਲ ਨਹੀਂ ਇੱਕ ਵਾਰ ਸ਼ੇਅਰ ਕਰ ਦੋ ਮੇਰੇ ਕਹੇ ਤੇ ਯਾਰ ਇੱਕ ਵਾਰ ਹੈਨਾ ਚਲੋ ਛੇਤੀ ਛੇਤੀ ਦੇਖੋ ਕੋਈ ਨਹੀਂ ਕਰਾ ਰਹਾ ਤੁਹਾਨੂੰ 3 ਦਿਨ ਦਾ ਕਰੰਟ ਅਫੇਅਰ ਦੇਖੋ ਜਿਹੜੀ ਮੈਂ ਚੀਜ਼ ਕਰਾ ਰਹਾ ਉਹਦਾ ਮੈਂ ਆਪਣਾ ਕ੍ਰੈਡਿਟ ਮੈਂ ਲਊਗਾ ਬਿਲਕੁਲ 3 ਦਿਨ ਕਰੰਟ ਅਫੇਅਰ ਕੋਈ ਨਹੀਂ ਕਰਾਂਦਾ ਤੁਹਾਨੂੰ ਸਾਰੇ ਹੁੰਦੇ ਕਿ ਆਏ 10ਵਾਂ ਕਰਾਏ ਕਿ ਚਲੋ ਆਏ ਸਵਾਲ ਹੀ ਲਿਖ ਕੇ ਆ ਗਏ ਮਤਲਬ ਬੱਚੇ ਨੇ ਪੜਾ ਹੈ ਨਹੀਂ ਕਹਿੰਦੇ ਦੱਸੋ ਇਹਦਾ ਆਨਸਰ ਕੀ ਹੈ ਉਹ ਵਾਲਾ ਕੰਮ ਆਪਾਂ ਕਰਦੇ ਨਹੀਂ ਕੱਜ ਦੀ ਕਰੰਟ ਅਫੇਅਰ ਨੇ ਕੱਲ ਦੀ ਰਿਵੀਜ਼ਨ ਹੈ ਪਰਸੋਂ ਦੀ ਰਿਵੀਜ਼ਨ ਤਾਂ ਇਹ ਜ਼ਰੂਰ ਇੱਕ ਵਾਰ ਕਰੋ ਤਾਂ ਆਂਸਰ ਇਹਦਾ ਹੋ ਜਾਂਦਾ ਕਿ 30 ਆਸ਼ਾ ਦੀ ਫੁੱਲਫਰਮ ਹੁੰਦੀ ਹੈ ਐਕ੍ਰੈਡੀਟਿਡ ਸੋਸ਼ਲ ਹੈਲਥ ਐਕਟੀਵਿਸਟ ਆ ਲੈ ਐਕ੍ਰੈਡੀਟਿ social health activist eh hunda a s h a acha eh hunda a acha theek hai veer mere nachattar veer theek hai eh hunda a acha chalo ਤਾਂ 6 ਅਵਾਰਡ ਮਿਲਿਆ ਜਿੱਦਾਂ ਮੈਂ ਕਿਹਾ ਸਭ ਤੋਂ ਪਹਿਲਾਂ ਇੰਪੋਰਟੈਂਟ ਆਪਾਂ ਉਹੀ ਰੱਖਣਾ ਜਿਹੜਾ ਆਸ਼ਾ ਵਰਕਰਸ ਨੂੰ ਮਿਲਿਆ ਸਾਡੀ 1 ਮਿਲੀਅਨ ਪਲੱਸ 10 ਲੱਖ ਤੋਂ ਉੱਤੇ ਨੇ ਬਾਕੀ ਕੌਣ-ਕੌਣ ਨੇ ਇੱਕ ਵਾਰ ਧਿਆਨ ਰੱਖ ਲਓਗੇ ਡਾਕਟਰ ਪਾਲ ਪਾਲ ਫਾਰਮਰ ਨੇ ਹਾਰਵਰਡ ਸਕੂਲ ਦੇ ਡਾਕਟਰ ਅਹਿਮਦ ਹਨਕੀਰ ਨੇ ਬ੍ਰਿਟਿਸ਼ ਲੈਬਨੀਜ਼ ਕੋਈ ਸਾਈਕੀਟ੍ਰਿਸਟ ਹੈ ਬੰਦਾ ਹੈ ਠੀਕ ਹੈ ਫਿਰ ਲੁਡਵਿਲਾ ਸੋਫੀਆ 올ਿਵਿਰਾ ਵਰੇਲਾ ਉਹੋ ਬਹੁਤ ਹੀ ਕਬਾਣਾ ਕੁੜੀ ਦਾ ਤੇ ਇੰਪੋਰਟੈਂਟ ਇਹ ਜ ਆ ਇਹ ਜਿਆਦਾ ਨਿਊਜ਼ ਵਿੱਚ ਆ ਰਿਹਾ ਕਿ ਪੋਲੀਓ ਵਰਕਰ ਜਿਹੜੇ ਅਫਗਾਨਿਸਤਾਨ ਦੇ ਸੀਗੇ ਉਹਨਾਂ ਨੂੰ ਤੇ ਫਿਰ ਯੂਹੀ ਸਾਸਾ ਕਾਵਾ ਜਿਹੜਾ ਕਿ WHO ਦਾ ਗੁੱਡਵਿਲ ਐਂਬੈਸਡਰ ਐ ਫਾਰ ਲੈਪਰੋਸੀ ਐਲੀਮੀਨੇਸ਼ਨ ਤਾਂ ਲੈਪਰੋਸੀ ਐਲੀਮੀਨੇਸ਼ਨ ਦੀ ਫੀਲਡ ਵਿੱਚ ਸਾਨੂੰ ਪਤਾ ਹੈ ਅੱਜ ਕੱਲ ਕਿੰਨੇ ਜਿਆਦਾ ਕੰਮ ਨੇ ਸਰ ਕਲਾਸ ਰੁਕ ਜਾਂਦੀ ਹੈ ਜੀ ਨਹੀਂ ਨਹੀਂ ਕਲਾਸ ਨਹੀਂ ਰੁਕਦੀ ਯਾਰ ਸਰ ਵੀਡੀਓ ਦਾ ਪੈਕ ਕਿੰਨੇ ਦਾ ਮਿਲੂ ਵੀਰ ਮੇਰੇ ਐਂਡ ਵਿੱਚ ਕਰੀਏ ਆਪਾਂ ਇਹ ਗੱਲਾਂ ਸਾਰੀ ਵੀਡੀਓ ਦਾ ਉਹਦਾ ਪੈਕ ਫਲਾਣੇ ਦਾ ਪੈਕ ਇਹ ਸਾਰੀ ਗੱਲਾਂ ਆਪਾਂ ਇਹ ਪਲੀਜ਼ ਐਂਡ ਵਿੱਚ ਕਰੀਏ ਤਾਂ ਵਧੀਆ ਯਾਰ ਕਿਉਂਕਿ ਪਤਾ ਫਿਰ ਬਹੁਤ ਜਿਆਦਾ ਕਿਆ ਨਾਮ ਬਾਕੀ ਨੂੰ ਵੀ ਪ੍ਰੋਬਲਮ ਹੁੰਦੀ ਹੈ ਕਿ ਸਰ ਕੀ ਯਾਰ ਕਰਾਂ ਦੇ ਕਰਾਂ ਦੇ ਕੀ ਤੁਸੀਂ ਦੱਸਣ ਲੱਗੇ ਵਿੱਚ ਤਾਂ ਇਹ ਥੋੜਾ ਜਿਹਾ ਹੈ ਨਾ ਯਾਰ ਚਲੋ ਅਗਲੇ ਸਵਾਲ ਵੱਲ ਚੱਲੀਏ ਆਪਾਂ ਜੇ ਤਾਂ ਜੀ ਡੈਸ਼ ਬੀਕੇਮ ਦਾ ਫਰਸਟ ਕੰਟਰੀ ਟੂ ਇੰਟਰੋਡਿਊਸ ਕੰਪਲਸਰੀ ਮੰਕੀ ਵਾਕਸ ਕੁਆਰੰਟਾਈਨ ਤਾਂ ਮੰਕੀ ਵਾਸ ਤੁਹਾਨੂੰ ਪਤਾ ਹੈ ਕਿ ਨਵਾਂ ਹੀ ਕਹਿੰਦੇ ਵਾਇਰਸ ਜਾ ਸ਼ੁਰੂ ਹੋ ਗਿਆ ਕਹਿੰਦੇ ਇੱਕ ਤਾਂ ਨਵੇਂ-ਨਵੇਂ ਨਵੀਂ-ਨਵੀਂ ਚੀਜ਼ਾਂ ਹੀ ਨਹੀਂ ਖਤਮ ਹੋ ਰਹੀਆਂ ਇੱਕ ਤਾਂ ਹੈ ਨਾ ਨਵੇਂ-ਨਵੇਂ ਵਾਇਰਸ ਪਤਾ ਨਹੀਂ ਕੀ ਕੁਝ ਅੱਲਾ ਹੋਇਆ ਕਰੋਨਾ ਵਾਇਰਸ ਸੀਗਾ ਉਸ ਤੋਂ ਬਾਅਦ ਕਿਹੜੇ ਚੂਹੇ ਵਾਲਾ ਕੋਈ ਵਾਇਰਸ ਆਇਆ ਸੀਗਾ ਹੈ ਨਾ ਯਾਦ ਹੈ ਕੁਝ ਕੇਰਲਾ ਵਿੱਚ ਤੇ ਨਿਪਾ ਨਿਪਾ ਕਰਕੇ ਆਈ ਸੀ ਵਾਇਰਸ ਫਿਰ ਵਾਈਟ ਫੰਗਸ ਆ ਗਈ ਬਲੈਕ ਫੰਗਸ ਆ ਗਈ ਮਤਲਬ ਵੈਰਾਈਟੀਆਂ ਨਿਕਲ ਰਹੀਆਂ ਨੇ ਜਿੱਦਾਂ ਗਾਣਾ ਹੈ ਮੂਸੇ ਵਾਲੇ ਦਾ ਫਿਰ ਕਹਿੰਦੇ ਹੁਣ ਮੂਸੇ ਵਾਲੇ ਨੇ ਇੱਕ ਹੋਰ ਗਾਣਾ ਕੱਢਤਾ ਹੋਣਾ ਬਸ ਤਿਆਰ ਹੋ ਗਿਆ ਹੋਣਾ ਇੱਕ ਤਾਂ ਕੱਢਤਾ ਬਾਈ ਨੇ ਕੱਲ ਇੱਕ ਹੋਰ ਕਹਿੰਦੇ ਤਿਆਰ ਹੋ ਗਿਆ ਹੋਣਾ ਜਿਹੜਾ ਵਿਜੇ ਸਿੰਘਲਾ ਕੱਢਤਾ 파ਟੀ ਚ ਤਾਂ ਉਹ ਜੇ ਮੌਂਕੀ ਵਾਕਸ ਕਰਕੇ ਕੁਆਰੰਟਾਈਨ ਕਰਤਾ ਇੱਕ ਨਵੀਂ ਬਿਮਾਰੀ ਤਾਂ ਜੀ ਇੱਕ ਇੱਥਾ ਸ਼ੁਰੂ ਜੀ ਬੈਲਜੀਅਮ ਨੇ ਠੀਕ ਹੈ ਇੱਕ ਇੱਥਾ ਸ਼ੁਰੂ ਕਿਨੇ ਬੈਲਜੀਅਮ ਨੇ ਸ਼ੁਰੂ ਕੀਤਾ ਯਾਰ ਦੇਖੋ ਅਗਰ ਮੈਨੂੰ ਪਤਾ ਤੁਸੀ ਕਮੈਂਟ ਬਹੁਤ ਕਰ ਰਹੇ ਜੇ ਕਿਸੇ ਦਾ ਕਮੈਂਟ ਬਾਈ ਚਾਂਚ ਰਹਿ ਜਾ ਤਾਂ ਮਾਫੀ ਮੰਗਦਾ ਉਹਦੇ ਲਈ ਕਿਉਂਕਿ ਦੇਖੋ ਤੇਜ਼ ਤੇ ਚੱਲ ਰਹੇ ਨੇ ਮੈਂ ਹੁਣ ਤੁਹਾਨੂੰ ਵੀ ਕੈਮਰੇ ਨੂੰ ਵੀ ਦੇਖਣਾ ਮੈਂ ਮੈਂ ਇੱਧਰ ਵੀ ਪੜਾਣਾ ਤਾਂ ਇਹਦੇ ਵਿੱਚ ਕਰ ਜੇ ਕੋਈ ਕਮੈਂਟ ਸਕਿਪ ਹੋ ਜਾਂਦਾ ਤਾਂ ਰੀਲੀ ਸੌਰੀ ਉਹਦੇ ਲਈ ਹੈਨਾ ਚਲੋ ਤਾਂ ਇਹ ਮੈਂ ਕੁਐਸਚਨ ਨਹੀਂ ਬਣਾਇਆ ਸਿੱਧਾ ਹੀ ਪੜ੍ਹ ਲੈਣਾ ਤੁਸੀਂ ਦੇਖੋ ਟਾਈਮਸ ਨੇ 100 ਮੋਸਟ ਇਨਫਲੂਐਂਸ਼ੀਅਲ ਪੀਪਲ ਦੀ ਲਿਸਟ ਕੱਢੀ ਸੀ ਉਹਦੇ ਵਿੱਚ ਗੌਤਮ ਅਡਾਨੀ, ਕਰੂਣਾਨੰਦੀ ਤੇ ਖੁਰਰਮ ਪ੍ਰਵੇਜ਼ ਦੇ ਨਾਂ ਸੀਗੇ ਤਾਂ ਇਹ ਟ੍ਰੈਂਡ ਰੱਖੋ ਬਸ ਕਿਹੜੀ ਕਿਹੜੀ ਫੀਲਡ ਵਿੱਚ ਨੇ ਕਿਹੜੇ ਕਿਹੜੇ ਉਹਦੇ ਵਿੱਚ ਆਏ ਨੇ ਤਾਂ ਅਡਾਨੀ ਭਾਜੀ ਆਏ ਨੇ ਟਾਈਟਨਸ ਦੀ ਕੈਟਾਗਰੀ ਵਿੱਚ ਬਾਕੀ ਨੰਦੀ ਤੇ ਪ੍ਰਵੇਜ਼ ਆਏ ਨੇ ਕਿਹਦੇ ਅੰਦਰ ਲੀਡਰਸ ਦੀ ਕੈਟਾਗਰੀ ਵਿੱਚ ਨਾਲ ਨਾਲ ਕੌਣ ਨੇ ਵਲਾਦਮੀਰ ਪੁਤਿਨ ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦਮੀਰ ਜ਼ੇਲੈਂਸਕੀ ਤਾਂ ਜੀ ਹੁਣ ਆਪਾਂ ਕਰਾਂਗੇ ਸ਼ੁਰੂ ਕੀ ਅੱਜ ਦੇ ਕਰੰਟ ਇਹ ਤਰੀਕ 26 ਮਈ ਦੇ ਕਰੰਟ ਅਫੇਅਰ ਆਪਾਂ ਸ਼ੁਰੂ ਕਰ ਦੋਗੇ ਪੀਡੀਐ ਮਿਲੂਗੀ ਕੱਲ ਨਹੀਂ ਮਿਲੀ ਉਹਦੇ ਲਈ ਬਹੁਤ ਬਹੁਤ ਸੌਰੀ ਪੀਡੀਐ ਮਿਲੂਗੀ ਕੱਲ ਨਹੀਂ ਅੱਜ ਕੱਲ ਨਹੀਂ ਮਿਲੀ ਅੱਜ ਤੁਹਾਨੂੰ ਕੱਲ ਦੀ ਪੀਡੀਐ ਵੀ ਦੇ ਦੂੰਗਾ ਤਾਂ ਜੀ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੇ ਕਰੰਟ ਅਫੇਅਰ ਇੱਕ ਵਾਰੀ ਹੁਣ ਛੋਟਾ ਜਿਹਾ ਦਬ ਕੇ ਸ਼ੇਅਰ ਕਰ ਦੋ ਆਪਾਂ 190 ਤੇ ਬੈਠੇ ਇੱਕ ਵਾਰੀ 200 ਕਰ ਦੋ ਘਰਦਿਆਂ ਨੂੰ ਹੀ ਕਹਦਾ ਕਹਿੰਦੇ Papa ਬਸ ਫੋਨ ਦੋ ਆਪਣਾ ਕਹਿੰਦੇ ਕਿਉਂ ਕਹਿੰਦੇ ਬਸ ਵੈਸੇ ਹੀ ਮੰਮੀ ਦੀਦੀ ਭਈਆ ਫੋਨ ਦੋ ਆਪਣਾ ਕਿਉਂ ਬਸ ਵੈਸੇ ਹੀ ਤੁਹਾਡੇ ਯਾਰ ਵੈਲੀ ਤੁਹਾਡੀ ਸਹੇਲੀਆਂ ਜਿਹੜੀ ਪੜ ਕਹਿੰਦੇ ਪੜ੍ਹ ਲਓ ਕੰਮ ਆ ਜਾਊਗਾ ਇੱਕ ਵਾਰੀ ਸ਼ੇਅਰ ਕਰ ਦਿਓ ਮੇਰੇ ਕੇਤੇ ਯਾਰ 200 ਪਲੱਸ ਕਰ ਲਈ ਇੱਕ ਵਾਰ ਚਲੋ ਫਿਰ ਸ਼ੁਰੂ ਕਰਦੇ ਆਂ ਅੱਜ ਦੀ ਕਲਾਸ ਆਪਾਂ ਖਿੱਚ ਕੇ ਚਲੋ ਤਾਂ ਜੀ ਵਰਲਡ ਇਕਨੋਮਿਕ ਫੋਰਮ ਆਪਾਂ ਗੱਲ ਕੀਤੀ ਸੀ ਤੇ ਇੱਥੇ ਕੌਣ ਗਏ ਸੀ ਕਿ ਸਾਡਾ ਇੰਡੀਆ ਦਾ ਡੈਲੀਗੇਸ਼ਨ ਜਿਹੜਾ ਲੀਡ ਕੀਤਾ ਸੀ ਉਹ ਕੀਤਾ ਸੀ ਸਾਡੇ ਜਿਹੜੇ ਕਾਮਰਸ ਮਿਨਿਸਟਰ ਨੇ ਪਿਊਸ਼ ਗੋਇਲ ਜੀ ਨੇ ਹੈਨਾ ਡੈਵੋਸ ਵਿੱਚ ਹੁੰਦਾ ਹੈ ਸਮਿਟ ਹੁੰਦਾ ਤੇ ਉਧਰ ਕਰਨਾ ਕੀ ਵੀ ਇੰਡੀਆ ਨੂੰ ਐਜ਼ ਅ ਇਨਵੈਸਟਮੈਂਟ ਲਈ ਜਿਹੜੀ ਡੈਸਟੀਨੇਸ਼ਨ ਬਣਾਣਾ ਉੱਥੇ ਜਾ ਕੇ ਦੱਸਣ ਕਿ ਇੰਡੀਆ ਵਿੱਚ ਆਪਾਂ ਇਹ ਚੇਂਜ ਕਰਤਾ ਆਪਾਂ ਇਹ ਚੇਂਜ ਕਰਤਾ ਇਹ ਹੋ ਜਾਊਗਾ ਉਹ ਹੋ ਜਾਊਗਾ ਫਲਾਣਾ ਤੇਮਕਾ ਉਹ ਸਭ ਗੱਲਾਂ ਸਾਡੇ ਕੰਮ ਦੀ ਨਹੀਂ ਚੱਲੋਂ ਤਾਂ ਇੱਧਰ ਕੀ ਹੈ ਵਰਲਡ ਇਕਨੋਮਿਕ ਫੋਰਮ ਨੇ ਲਾਂਚ ਕੀਤੀ ਅਲਾਈਐਂਸ ਟੂ ਸੁਪਰਚਾਰਜ ਇੰਡੀਆਜ਼ ਕਲਾਈਮੇਟ ਐਕਸ਼ਨ ਤੁਹਾਨੂੰ ਪਤਾ ਹੋਵੇ ਇੰਡੀਆ ਕਲਾਈਮੇਟ ਐਕਸ਼ਨ ਦੇ ਬਹੁਤ ਮਤਲਬ ਕਲਾਈਮੇਟ ਜਿਹੜਾ ਕੰਮਕਾਰ ਹੋ ਰਿਹਾ ਕਲਾਈਮੇਟ ਚੇਂਜ ਦਾ ਇੰਡੀਆ ਬਹੁਤ ਜ਼ਿਆਦਾ ਉਸ ਦੇ ਪੱਖ 'ਚ ਹੈ ਇੰਡੀਆ ਤੇ ਫਰਾਂਸ ਨਹੀਂ ਮਿਲ ਕੇ ਇੰਟਰਨੈਸ਼ਨਲ ਸੋਲਰ ਅਲਾਈਐਂਸ ਦਾ ਕੰਮ ਕੀਤਾ ਸੀ ਜਿਹੜਾ 2015 ਵਿੱਚ ਸ਼ੁਰੂ ਕੀਤਾ ਸੀ ਜਿਹ ਤਾ ਉਹਦੇ ਵਿੱਚ ਕਾਫੀ ਸਾਰੀ ਕੰਟਰੀ ਨਵੀਆਂ ਐਡ ਹੁੰਦੀਆਂ ਰਹਿੰਦੀਆਂ ਨੇ ਹੈ ਕਿ ਉਹ ਜਿਹੜੀ ਉਹਨਾਂ ਨੂੰ ਕਹਿੰਦੇ ਨੇ ਸਨਰਾਈਜ਼ ਕੰਟਰੀ ਹੁਣ ਜਿੱਦਾਂ ਇਹ ਧਰਤੀ ਹੈ ਇਹ ਇਕਵੇਟਰ ਇਹ ਹੋ ਗਿਆ ਟ੍ਰੋਪਿਕ ਆਫ ਕੈਂਟਰ ਇਹ ਹੋ ਗਿਆ ਟ੍ਰੋਪਿਕ ਆਫ ਕੈਪਰੀਕੋਰਨ ਤਾਂ ਇਹ ਵਾਲਾ ਜਿਹੜਾ ਏਰੀਆ ਹੈ ਨਾ ਇਹ ਵਾਲਾ ਏਰੀਆ ਇੱਧਰ ਕਹਿੰਦੇ ਨੇ ਸਭ ਤੋਂ ਜ਼ਿਆਦਾ ਸਨ ਸਨਰਾਈਜ਼ ਆਂਦੀ ਹੈ ਸਭ ਤੋਂ ਜ਼ਿਆਦਾ ਸੂਰਜ ਦੀ ਰੋਸ਼ਨੀ ਇੱਧਰ ਆਂਦੀ ਹੈ ਤਾਂ ਇਹਨਾਂ ਨੂੰ ਕਿਹਾ ਜਾਂਦਾ ਸਨਰਾਈਜ਼ ਕੰਟਰੀਜ਼ ਤਾਂ ਇਹਨਾਂ ਕੰਟਰੀ ਦੀ ਇੱਕ ਤਰ੍ਹਾਂ ਨਾਲ ਐਸੋਸੀਏਸ਼ਨ ਹੈ ਬਾਕੀ ਇਹਦਾ ਰਹਾ ਤਾਂ ਯੂ ਐਸ ਏ ਵਗੈਰਾ ਵੀ ਹੈ ਇਹਦੇ ਅੰਦਰ ਮੈਂਬਰ ਅੰਟੀਗਵਾ ਬਾਰਬੂਡਾ ਵਗੈਰਾ ਉਹ ਤਾਂ ਕਲਾਈਮੇਟ ਐਕਸ਼ਨ ਹੋ ਰਿਹਾ ਕਿਉਂ ਅਸੀਂ ਏਸੀ ਤੁਸੀਂ ਦੇਖਿਓ ਹੁਣ ਦੱਬ ਕੇ ਛੱਡੇ ਹੁੰਦੇ ਅੱਜ ਕੱਲ ਲੋਕਾਂ ਨੇ ਪਟਾਕੇ ਪਾਏ ਏਸੀ ਚਲਾ ਚਲਾ ਕੇ ਗੱਡੀਆਂ 'ਚ ਬੈਠੇ ਕਰ ਕੁਛ ਨਹੀਂ ਰਹੇ ਨੇ ਕਿਉਂ ਬੈਠੇ ਗੱਡੀ 'ਚ ਕਹਿੰਦੇ ਬਸ ਏਸੀ ਚੱਲਿਆ ਹੋਇਆ ਬਾਹਰ ਧੂਆਂ ਟਿਕਲਿਆ ਹੈ ਤਾਂ ਕਾਫੀ ਜ਼ਿਆਦਾ ਮਤਲਬ ਪ੍ਰੋਬਲਮਸ ਨਹੀਂ ਤਾਂ ਉਹਦੇ ਲਈ ਆਂਡੀਆਂ ਕਾਫੀ ਕੰਮ ਕਰਦਾ ਹੈ ਤਾਂ ਇੰਡੀਆ ਦਾ ਜਿਹੜਾ ਐਕਸ਼ਨ ਪਲਾਨ ਹੈ ਤਾਂ ਵਰਲਡ ਇਕਨੋਮਿਕ ਫੋਰਮ ਨੇ ਲਾਂਚ ਕੀਤਾ ਇੰਡੀਆ ਦਾ ਚੈਪਟਰ ਆਫ ਅਲਾਈਅੰਸ ਆਫ ਸੀਈਓ ਕਲਾਈਮੇਟ ਐਕਸ਼ਨ ਲੀਡਰਸ ਟੂ ਸੁਪਰਚਾਰਜ ਇੰਡੀਆ ਦਾ ਕਲਾਈਮੇਟ ਐਕਸ਼ਨ ਐਂਡ ਡੀਕਾਰਬੋਨਾਈਜ਼ ਐਫਰਟ ਇੰਡੀਆ ਨੇ 203 ਕਿ ਅਸੀਂ ਪਟਾਕੇ ਪਾ ਦੂਗੇ ਕਹਿੰਦੇ ਦੁਨੀਆ ਵਿੱਚ ਸਾਰੀ ਤਾਂ ਕੀ ਕਹਿੰਦੇ ਨੇ ਇਹ ਤਾਂ ਮਾੜਾ ਦੇ ਇੱਕ ਵਾਰ ਪੜ੍ਹ ਕੇ ਇੰਪੋਰਟੈਂਟ ਨਹੀਂ ਆਉਣਾ ਬਟ ਥੋੜਾ ਜਿਹਾ ਪੜ੍ਹ ਕੇ ਪਾਰਟ ਆਫ ਦਾ ਵਰਲਡ ਇਕਨੋਮਿਕ ਫੋਰਮ ਕਲਾਈਮੇਟ ਐਕਸ਼ਨ ਪਲੈਟਫਾਰਮ ਅਲਾਈਅንስ ਇਹ ਜਿਹੜੀ ਕੀਤੀ ਹੈ ਸੁਪਰ ਚਾਰਜ ਵਾਲੀ ਕਹਿੰਦੇ ਆਊਟਲਾਈਨ ਕੀਤਾ ਪੇਪਰ ਮਿਸ਼ਨ 2070 ਅ ਗ੍ਰੀਨ ਨਿਊ ਡੀਲ ਫਾਰ ਨੈਟ ਜ਼ੀਰੋ ਇੰਡੀਆ ਸੌਰੀ 2030 ਕਹਿ ਗਿਆ ਤਾਂ ਮੈਂ 2070 ਹੈ ਅ ਨੈਟ ਅ ਗ੍ਰੀਨ ਨਿਊ ਡੀਲ ਫਾਰ ਨੈਟ ਜ਼ੀਰੋ ਇੰਡੀਆ ਇਹ ਕੀਤਾ ਸ਼ੁਰੂ ਕਹਿੰਦੇ ਇੰਡੀਆ ਲੋ ਕਾਰਬਨ ट्रांजिशन ਬਾਈ दो हज़ार सत्तर बस इना करना नैट जीरो टारगेट कि इंडिया का दो हज़ार सत्तर नेट नैट नैट जीरो इंडिया का टू थाउजेंड सैवनटी टू थाउजेंड सैवनटी गल्ला जी कह रहे हो लास्ट भी दस दि थोड़ा जा समझ रहे हो तुम्हें भी अपने आप गल टू थाउजेंड थर्टी नहीं सैवनटी यार सत्तर आकी लिखा नरेंद्र मोदी इज एम्बीशियस पंच अमृत प्लेज विच इनकलूड्स द कंट्रीज नैट जीरो टारगेट बाय दो हजार सत्तर टू थाउजेंड एंड चलो अगला ਤਾਜੀ ਮਿਨਿਸਟਰ ਆਫ ਸਟੇਟ ਫਾਰ ਕਲਚਰ ਨੇ ਐਂਡ ਐਕਸਟਰਨਲ ਅਫੇਅਰ ਕਾਉਂ ਨੇ ਮਿਨਾਕਸ਼ੀ ਲੇਖੀ ਮਿਨਿਸਟਰ ਆਫ ਸਟੇਟ ਸਾਡੇ ਮਿਨਿਸਟਰ ਆਫ ਕਲਚਰ ਵੈਸ ਐਕਾਉਂ ਨੇ ਜੀ ਕਿਸ਼ਨ ਰੈਡੀ ਜੀ ਨੇ ਸਾਡੇ ਮਿਨਿਸਟਰ ਆਫ ਐਕਸਟਰਨਲ ਅਫੇਅਰ ਕਾਉਂ ਨੇ ਸੁਬ੍ਰਮਣੀਅਮ ਜੈ ਸ਼ੰਕਰ ਜੀ ਨੇ ਹੁਣ ਜਿਹੜੀ ਹੋਈ ਜਿੱਦਾਂ ਤੁਹਾਨੂੰ ਦੱਸਿਆ ਮੈਂ ਬ੍ਰਿਕਸ ਦੀ 14ਵੀਂ ਫੀਟਿੰਗ ਹੋ ਰਹੀ ਹੈ ਇਸ ਵਾਰ ਆ ਸਕਦਾ ਤੁਹਾਡੇ ਕੋਲ ਕਿਹੜੀ ਬ੍ਰਿਕਸ ਦੀ ਮੀਟਿੰਗ ਹੋਈ ਇਸ ਵਾਰ ਤਾਂ ਬ੍ਰਿਕਸ ਦੀ ਮੀਟਿੰਗ ਵੀ 14th ਕੌਣ ਇਸ ਵਾਰ ਹੈਡ ਹੈ ਇਸ ਵਾਰ ਹੈਡ ਕੌਣ ਹੈ ਚਾਈਨਾ ਤਾਂ ਜਿਹੜੀ 14th 올 오버 미팅 ਹੈ ਉਹ ਤੋਂ ਪਹਿਲਾਂ ਛੋਟੀਆਂ ਛੋਟੀਆਂ ਮੀਟਿੰਗਾਂ ਹੁੰਦੀਆਂ ਨੇ ਇਹਨਾਂ ਨੇ ਹਜੇ ਆਪਾਂ ਥੋੜੇ ਦਿਨ ਪਹਿਲਾਂ ਪੜ੍ਹੇ ਹੈਲਥ ਮਿਨਿਸਟਰ ਦੀ ਮੀਟਿੰਗ ਹੋਈ ਸੀ ਫਿਰ এনवायरमेंट ਮਿਨਿਸਟਰ ਦੀ ਮੀਟਿੰਗ ਹੋਈ ਸੀ ਫਿਰ ਐਕਸਟਰਨਲ ਅਫੇਅਰ ਮਿਨਿਸਟਰ ਦੀ ਮੀਟਿੰਗ ਹੋਈ ਸੀ ਤੇ ਹੁਣ ਕਲਚਰ ਮਿਨਿਸਟਰ ਦੀ ਮੀਟਿੰਗ ਹੋਈ ਹੈ ਤਾਂ ਇਹਨਾਂ ਨੇ ਪਾਰਟਿਸਿਪੇਟ ਕੀਤਾ ਕਿਹੜੇ ਨੰਬਰ ਦੀ ਕਲਚਰ ਮਿਨਿਸਟਰ ਦੀ ਮੀਟਿੰਗ ਸੱਤਵੇਂ ਨੰਬਰ ਦੀ ਬ੍ਰਿਕਸ ਕਲਚਰ ਮੀਟਿੰਗ ਹੈ ਬਹੁਤ ਇੰਪੋਰਟੈਂਟ ਗੱਲਾਂ ਨੇ ਬਹੁਤ ਹੀ ਇੰਪੋਰਟੈਂਟ ਗੱਲਾਂ ਨੇ ਪੜ ਕੇ ਜਰਾ ਤਾਂ BRICS ਕੰਟਰੀਜ਼ ਇਹਨਾਂ ਨੇ ਅਡਾਪਟ ਕੀਤਾ ਐਕਸ਼ਨ ਪਲਾਨ ਫਾਰ ਐਨਹੈਂਸਿੰਗ ਕੋਆਪਰੇਸ਼ਨ ਇਨ ਦਾ ਫੀਲਡ ਆਫ ਕਲਚਰ ਤਾਂ ਮਿਨਿਸਟਰਾਂ ਨੇ ਅਡਾਪਟ ਕੀਤਾ ਇੱਕ BRICS ਐਕਸ਼ਨ ਪਲਾਨ 2022 ਟੂ 26 ਟੂ ਫਰਦਰ ਸਟਰੈਂਥਨ ਦਾ ਕਲਚਰਲ ਕੋਆਪਰੇਸ਼ਨ ਐਂਡ ਇੰਪਲੀਮੈਂਟ ਦਾ BRICS ਕਲਚਰਲ ਕੋਆਪਰੇਸ਼ਨ ਐਗਰੀਮੈਂਟ ਸਾਈਨਡ ਇਨ 2015 ਤਾਂ ਇੱਕ ਤਾਂ ਇਹਨਾਂ ਨੇ ਸਾਈਨ ਕੀਤਾ ਐਗਰੀਮੈਂਟ ਕਹਿੰਦੇ BRICS ਐਕਸ਼ਨ ਪਲਾਨ 2022 ਟੂ 26 ਵੀ ਕੀ ਜਿਹੜੇ ਵੀ ਕਹਿੰਦੇ ਆਪਾਂ ਕਲਚਰ ਦੀ ਫੀਲਡ ਵਿੱਚ ਆਪਾਂ ਸਾਡੇ ਜਿਹੜੇ ਕਲਚਰ ਕੁਝ ਮਿਲਦੇ ਨੇ ਜਿਹੜੇ ਉਹਨਾਂ ਦੇ ਫੀਲਡ ਵਿੱਚ ਆਪਾਂ ਕੰਮ ਕਰੀਏ ਹੁਣ ਦੂਜ ਬ੍ਰਿਕਸ ਕਲਚਰਲ ਕੋਆਪਰੇਸ਼ਨ ਐਗਰੀਮੈਂਟ ਕਦੋਂ ਸਾਈਨ ਹੋਇਆ ਸੀ ਬ੍ਰਿਕਸ ਕਲਚਰਲ ਕੋਆਪਰੇਸ਼ਨ ਐਗਰੀਮੈਂਟ ਕਦੋਂ ਸਾਈਨ ਹੋਇਆ ਸੀ ਤਾਂ ਧਿਆਨ ਰੱਖਣਾ ਹੈ 2015 ਦੇਖੋ ਬਾਰ ਬਾਰ ਦੇਖੋ ਇਹੋ ਜਿਹੇ ਸਵਾਲ ਹੁੰਦੇ ਨੇ ਨਾ ਜਦੋਂ ਮੈਂ ਰਿਵੀਜ਼ਨ ਵੀ ਕਰਾਉਂਗਾ ਨਾ ਮੇਰੇ ਤੋਂ ਸਕਿਪ ਹੋ ਸਕਦੇ ਨੇ ਜੇ ਮੈਂ ਅੱਜ ਸਟ੍ਰੈਸ ਦੇ ਰਿਹਾ ਇਹਤੇ ਲਿਖ ਲਓ ਬੇਨਤੀ ਕਰ ਬੇਨਤੀ ਹੈ ਤੁਹਾਡੇ ਅਗੇ ਲਿਖ ਲਓ ਇਹੋ ਜਿਹੇ ਸਵਾਲ ਦੇਖੋ ਸਕਿਪ ਹੋ ਸਕਦਾ ਹੈ ਮੇਰੇ ਤੋਂ ਵੀ ਸਕਿਪ ਹੋ ਸਕਦਾ ਤੁਸੀਂ ਇਹ ਨਾ ਕਿ ਸਰ ਤੁਸੀਂ ਕਰਾਇਆ ਨਹੀਂ ਸੀ ਤਾਂ ਇਹ ਸਕਿਪ ਹੋ ਸਕਦਾ ਬਟ ਲਿਖ ਲਓ ਬ੍ਰਿਕਸ ਕਲਚਰਲ ਕੋਆਪਰੇਸ਼ਨ ਐਗਰੀਮੈਂਟ ਕਦੋਂ ਸਾਈਨ ਹੋਇਆ ਸੀ 2015 ਵਿੱਚ ਹੋਇਆ ਸੀ ਠੀਕ ਹੈ 2015 ਚਲੋ ਤਾਂ ਇਹ ਜਿਹੜੀ ਮੀਟਿੰਗਸ ਹੋਈਆਂ ਨੇ ਇੰਪੋਰਟੈਂਟ ਰੀਸੈਂਟਲੀ ਇਹ ਧਿਆਨ ਰੱਖੋਗੇ ਓਵਰਆਲ ਕਿਹੜੀ ਮੀਟਿੰਗ ਹੈ ਬ੍ਰਿਕਸ ਦੀ ਓਵਰਆਲ ਹੈ 14th ਠੀਕ ਹੈ ਓਵਰਆਲ ਹਜੇ ਹੋਣੀ ਹੈ ਹੋਈ ਨਹੀਂ ਹੈ ਓਵਰਆਲ ਹੈ 14th 14ਵੀਂ ਹੈ ਇਹ ਬ੍ਰਿਕਸ ਦੀ ਮੀਟਿੰਗ 14th ਬ੍ਰਿਕਸ ਦੀ ਮੀਟਿੰਗ ਹੈ ਬਟ ਹੈਲਥ ਮਿਨਿਸਟਰ ਦੀ ਮੀਟਿੰਗ ਕਿਹੜੇ ਨੰਬਰ ਦੀ ਸੀਗੀ 12ਵੇਂ ਨੰਬਰ ਦੀ ਐਨਵਾਇਰਨਮੈਂਟ ਮਿਨਿਸਟਰ ਦੀ ਮੀਟਿੰਗ ਕਿਹੜੇ ਨੰਬਰ ਦੀ 8ਵੇਂ ਨੰਬਰ ਦੀ ਤੇ ਇਹ ਹੁਣੇ ਕਲਚਰ ਮਿਨਿਸਟਰ ਦੀ ਮੀਟਿੰਗ ਹੋਈ ਕਿਹੜੇ ਨੰਬਰ ਦੀ ਹੈ 7ਵੇਂ ਨੰਬਰ ਦੀ ਹੈ ਇਸ ਵਾਰ ਦੀ ਥੀਮ ਬਹੁਤ ਇੰਪੋਰਟੈਂਟ ਹੈ ਫਾਸਟਰ ਹਾਈ ਕੁਆਲਿਟੀ ਬ੍ਰਿਕਸ ਪਾਰਟਨਰਸ਼ਿਪ ਅਸ਼ਰ ਇਨ ਅ ਨਿਊ 에ਰਾ ਆਫ ਗਲੋਬਲ ਡਿਵੈਲਪਮੈਂਟ ਸਮਝ ਮੈਨੂੰ ਕੱਖ ਨਹੀਂ ਆ ਬਹੁਤ ਵਧੀਆ ਜੀ ਕੀਰਤ ਕਰਤਾ ਇਹਨਾਂ ਨੇ ਚੀਨੀਆਂ ਨੇ ਪਤਾ ਨਹੀਂ ਕਿੱਥੋਂ ਕੱਢ ਲਈ ਉਹ ਜੀ ਹੋਣਾ ਪਤਾ ਕਿ ਇਹ ਚੀਨੀ ਵਿੱਚ ਕੱਢਿਆ ਹੋਣਾ ਇਹਨਾਂ ਨੇ ਇਹਨਾਂ ਟ੍ਰਾਂਸਲੇਟ ਕੀਤਾ ਕੁਝ ਵੀ ਬ ਬਸ ਇਹ ਲੱਗ ਰਿਹਾ ਕੁਝ ਹਾਈ ਕੁਆਲਿਟੀ ਬ੍ਰਿਕਸ ਪਾਰਟਨਰਸ਼ਿਪ ਵੀ ਜਿਹੜੇ ਬ੍ਰਿਕਸ ਦੇਸ਼ ਨੇ ਇਹਨਾਂ ਵਿੱਚ ਵਧੀਆ ਕਹਿੰਦੇ ਪਾਰਟਨਰਸ਼ਿਪ ਕੁਝ ਹੋਵੇ ਤੇ ਗਲੋਬਲ ਡਵੈਲਪਮੈਂਟ ਜਿਹੜਾ ਨਵਾਂ ਫੇਸ ਚੱਲਿਆ ਹੈ ਨਵਾਂ 에ਰਾ ਆ ਰਿਹਾ ਹੈ ਉਹਦੇ ਵਿੱਚ ਕਹਿੰਦੇ ਵਧੀਆ ਕੰਮਕਾਰ ਹੋ ਜੇ ਇਹਦੇ ਬਾਰੇ ਜਿਹੜੀਆਂ ਗੱਲਾਂ ਨੇ ਬਹੁਤ ਵਾਰ ਆਪਾਂ ਕਰ ਚੁੱਕੇ ਆ 2001 ਵਿੱਚ B R I C ਕਰਕੇ ਇਹ ਕਿਹਨੇ ਬੰਦੇ ਨੇ ਨਾਂ ਦਿੱਤਾ ਸੀ ਗੋਲਡਮੈਨ ਸੈਕਸ ਵਿੱਚ ਕੰਮ ਕਰਦਾ ਸੀ ਬੰਦੇ ਦਾ ਨਾਂ ਤੁਸੀਂ ਦੱਸੋਗੇ ਕਿਉਂਕਿ ਸਾਡੇ ਨਾਲ ਜਿਹੜੇ ਪੁਰਾਣੇ ਜੁੜੇ ਹੋਏ ਨੇ ਉਹਨਾਂ ਨੂੰ ਬਹੁਤ ਵਾਰ ਦੱਸਤਾ ਜਿਹੜੇ ਨਵੇਂ ਜੁੜੇ ਨੇ ਇਹ ਉਹਨਾਂ ਲਈ ਇਨਫੋਰਮੇਸ਼ਨ 2001 ਵਿੱਚ ਦਿੱਤਾ ਸੀ ਨਾ ਫਿਰ 2006 ਵਿੱਚ ਕਹਿੰਦੇ ਬ੍ਰਿਕ ਦੇ ਜਿਹੜੇ ਐਕਸਟਰਨਲ ਅਫੇਅਰ ਮਿਨਿਸਟਰ ਨੇ ਉਹ ਮਿਲਣੇ ਸ਼ੁਰੂ ਹੋ ਗਏ ਕਹਿੰਦੇ ਚਲੋ ਆਪਾਂ ਮੀਟਿੰਗ ਕਰਨੀ ਸ਼ੁਰੂ ਕਰੀਏ ਇਹਨਾਂ ਨੂੰ ਲੱਗਿਆ ਫਿਰ ਵਧੀਆ ਕੰਮ ਆ ਫਿਰ 2009 ਵਿੱਚ ਬ੍ਰਿਕ ਵਾਲੇ ਇਹ ਪੀਐਮ ਤੇ ਪ੍ਰੈਜ਼ੀਡੈਂਟਾਂ ਦੀ ਮੀਟਿੰਗ ਸ਼ੁਰੂ ਹੋ ਗਈ ਪੀਐਮ ਤੇ ਪ੍ਰੈਜ਼ੀਡੈਂਟਾਂ ਦੀ ਮੀਟਿੰਗ ਸ਼ੁਰੂ ਹੋ ਗਈ ਫਿਰ ਅਗਲੇ ਸਾਲ 2010 ਵਿੱਚ BRICS ਬਣ ਗਿਆ ਜਦੋਂ ਸਾਊਥ ਅਫਰੀਕਾ ਨੇ ਜੁਆਇਨ ਕਰ ਲਿਆ ਤੇ 2011 ਵਿੱਚ ਪਹਿਲੀ ਵਾਰੀ ਸਾਊਥ ਅਫਰੀਕਾ ਨੇ BRICS ਦੀ ਮੀਟਿੰਗ ਵਿੱਚ ਭਾਗ ਲਿਆ ਪਹਿਲੀ ਵਾਰੀ ਸਾਊਥ ਅਫਰੀਕਾ ਨੇ BRICS ਦੀ ਮੀਟਿੰਗ ਵਿੱਚ ਭਾਗ ਲਿਆ ਸੁਖਪ੍ਰੀਤ ਕੌਰ ਬਹੁਤ ਵਧੀਆ ਜिम ਓਨੀਲ ਠੀਕ ਹੈ ਜਿਮ ਓਨੀਲ ਕਰਕੇ ਐਦਾਂ ਹੀ ਕੁਛ ਨਾ ਸੀ ਪਤਾ ਨਹੀਂ ਇਹੀ ਸੀ ਐਗਜ਼ੈਕਟ ਨਹੀਂ ਮੈਨੂੰ ਧਿਆਨ ਨਾ ਬਸ ਨੀਲ ਨੀਲ ਕਰਕੇ ਮੈਨੂੰ ਵੀ ਯਾਦ ਆਈ ਤਾਂ ਜਿਮ ਓਨੀਲ ਕਰਕੇ ਭਾਜੀ ਦਾ ਨਾਮ ਹੈ ਇਹ ਵੀ ਲਿਖਦਾ ਮੈਂ ਜਿਮ ਓ ਸਾਰੇ ਹੀ ਗਾ ਪੈ ਗਏ ਆ ਤਜੇ ਮੋ ਨੀਲ ਕਰਕੇ ਇਹਦਾ ਨਾਂ ਹੋ ਜਾਂਦਾ ਠੀਕ ਹੈ ਫਿਰ ਇਹਨਾਂ ਕੰਟਰੀ ਹੁੰਦੇ ਨੇ ਨਾ ਬ੍ਰਿਕਸ ਹੋ ਗਿਆ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਸਾਊਥ ਅਫਰੀਕਾ ਤਾਂ ਇਹਨਾਂ ਨੇ ਇੱਕ ਬੈਂਕ ਵੀ ਬਣਾਇਆ ਬੈਂਕ ਦਾ ਨਾਂ ਹੈ ਐਨ ਡੀ ਬੀ ਨਿਊ ਡਿਵੈਲਪਮੈਂਟ ਬੈਂਕ ਹੈੱਡਕੁਆਟਰ ਕਿੱਥੇ ਹੁੰਦਾ ਹੈ ਹੈੱਡਕੁਆਟਰ ਹੈ ਉਹਦਾ ਸ਼ੰਘਾਈ ਵਿੱਚ ਬਹੁਤ ਵਾਰ ਗੱਲ ਕਰ ਚੁੱਕੇ ਆਪਾਂ ਪ੍ਰਧਾਨ ਕੌਣ ਹੈ ਇਹਦਾ ਮਾਰਕੋਸ ਪ੍ਰਾਦੋ ਤਰਾਇਜੋ ਤੇ ਮਾਰਕੋਸ ਪ੍ਰਾਦੋ ਤਰਾਇਜੋ ਕਿੱਥੋਂ ਬਿਲੋਂਗ ਕਰਦਾ ਇਹ ਭਾਜੀ ਬਿਲੋਂਗ ਕਰਦੇ ਨੇ ਬ੍ਰਾਜ਼ੀਲ ਤੋਂ ਤੇ ਪਿਛਲੇ ਸਾਲ ਬ੍ਰਿਕਸ ਕੰਟਰੀ ਤਾਂ ਸੀਗੀਆਂ BRICS ਸੀਗੇ ਬਟ ਕੁਝ ਨਵੀਂ ਕੰਟਰੀ ਆਈਆਂ ਜਿੱਦਾਂ ਉਰੂਗਵੇ ਜੁੜੀ ਹੈ BDH ਲਿਖਿਆ ਮਤਲਬ ਬੰਗਲਾਦੇਸ਼ ਜੁੜੀ ਹੈ ਇਜੀਪਟ ਜੁੜੀ ਹੈ ਤੇ ਚੌਥੀ ਕਿਹੜੀ UAE ਜੁੜ ਚੁੱਕੀ ਹੈ ਇਹ ਸਾਰੀਆਂ ਗੱਲਾਂ ਦੇਖੋ ਬ੍ਰਿਕਸ ਬਾਰੇ ਨੇ ਇਹ ਤੇ ਬਾਅਦ ਤੁਹਾਡੇ ਕੋਲ ਬ੍ਰਿਕਸ ਤੇ ਸਵਾਲ ਆਣ ਦੀ ਉਮੀਦ ਨਹੀਂ ਹੈ ਦੁਬਾਰੇ ਤੁਹਾਨੂੰ ਇੱਕ ਵਾਰ ਰਿਵੀਜ਼ਨ ਕਰਤਾ ਰਿਵੀਜ਼ਨ ਕਰਾਤੀ ਸਾਰੀ ਇੱਕ ਵਾਰੀ ਲਾਈਕ ਕਰ ਦਿਓ ਜਿਹਨੇ ਹੁਣ ਤੱਕ ਕੀਤਾ ਨਹੀਂ ਤੇ ਸ਼ੇਅਰ ਤੁਸੀਂ ਫੇਰ ਵੀ ਨਹੀਂ ਕਰ ਰਹੇ ਮੈਂ ਕਿਹਾ ਇੱਕ ਵਾਰੀ ਤੁਸੀਂ 200 ਮਿੰਟ ਟੱਚ ਕਰ ਰਹੇ ਮਤਲਬ ਆਪਾਂ 191 194 185 ਤੇ ਆ ਗਏ ਕੀ ਬਣੂ ਰੱਬਾ ਹੋਰ ਕੀ ਕਰਾਂ ਮੈਂ ਨੱਚਣਾ ਸ਼ੁਰੂ ਕਰਦਾ ਇੱਕ ਆ ਨੋਟ ਕਰ ਲਓ ਸਕਰੀਨ ਸ਼ਾਟ ਲੈ ਲਓ ਇਹ ਪੀਡੀਐਫ ਚ ਨਹੀਂ ਆਊਗਾ ਠੀਕ ਹੈ ਸਕਰੀਨ ਸ਼ਾਟ ਲੈ ਲਓ ਛੇਤੀ ਇਹਦਾ ਤਾਂ ਪੀਵੀਡੀਐਫ ਨਹੀਂ ਆਊਗਾ ਇਹ ਸਕਰੀਨ ਸ਼ਾਟ ਲੈ ਲਓ ਇਹਦਾ ਪੀਡੀਐਫ ਚ ਨਹੀਂ ਆਊਗਾ ਇਹ ਠੀਕ ਹੈ ਚਲੋ ਅੱਗੇ ਚਲੀਏ ਆਪਾਂ ਤਾਂ ਇਹ ਸਾਰੀਆਂ ਗੱਲਾਂ ਸੀਗੇ ਬ੍ਰਿਕਸ ਬਾਰੇ ਤਾਂ ਬ੍ਰਿਕਸ ਇੰਪੋਰਟੈਂਟ ਕਿਉਂ ਹੈ ਬ੍ਰਿਕਸ ਦੇਖੋ ਕਿੰਨੀ ਵੱਡੀ ਬਲੌਕ ਹੈ ਇੱਕ ਬ੍ਰਾਜ਼ੀਲ ਹੈ ਵੱਡਾ ਦੇਸ਼ ਬਹੁਤ ਰਸ਼ੀਆ ਸਭ ਤੋਂ ਵੱਡਾ ਇੰਡੀਆ ਹੈ ਬਹੁਤ ਵੱਡਾ ਹੈ ਚਾਈਨਾ ਬਹੁਤ ਵੱਡਾ ਹੈ ਸਾਊਥ ਅਫਰੀਕਾ ਚਲੋ ਠੀਕ ਠਾਕ ਤਾਂ ਇੱਕ ਬਹੁਤ ਹੀ ਇੰਪੋਰਟੈਂਟ ਅਲਾਈਅੰਸ ਹੈ ਕਿਤੇ ਲੈ ਕੇ ਆਂਦੀ ਵਰਲਡ ਦੀ ਜਿਹੜੀ ਗਰੋਇੰਗ ਇਕਨੋਮੀਆਂ ਨੇ ਬਦਰੀ ਇਕਨੋਮੀ ਦੇ ਜਿਹੜੀਆਂ ਉਹਨਾਂ ਵਿੱਚ ਚਾਈਨਾ ਤਾਂ ਯੂਐਸਏ ਨੂੰ ਵੀ ਪਟਾਕੇ ਪਾਣ ਲੱਗੀ ਹੈ 41% ਆਫ ਦਾ ਗਲੋਬਲ ਪੋਪੂਲੇਸ਼ਨ 40% ਦੁਨੀਆ ਦੀ ਪੋਪੂਲੇਸ਼ਨ ਨਾਲ ਨਾਲ 24% ਗਲੋਬਲ ਜੀਡੀਪੀ ਸਿਰਫ ਪੰਜ ਦੇਸ਼ਾਂ ਵਿੱਚ 24% ਜੀਡੀਪੀ ਹੈ ਆਰਸੀਈਪੀ ਯਾਦ ਹੈ ਤੁਹਾਨੂੰ ਰੀਜਨਲ ਕੰਪਰੀਹੈਂਸਿਵ ਇਕਨੋਮਿਕ ਕਿੰਨੀ ਕੰਟਰੀ ਸੀ ਕਿ 15 ਕੰਟਰੀ ਸੀਗੀਆਂ 10 ਏਸ਼ੀਆਨ ਸੀਗੀਆਂ ਫਿਰ ਆਪਣਾ ਨਿਊਜ਼ੀਲੈਂਡ ਆਸਟ੍ਰੇਲੀਆ ਚਾਈਨਾ ਵਗੈਰਾ ਵੀ ਸੀਗੀ ਸਾਊਥ ਕੋਰੀਆ ਉਹਨਾਂ ਦੀ ਜੀਡੀਪੀ ਹੀ 30% ਹੈ 15 ਕੰਟਰੀ ਦੀ ਤੇ ਇਧਰ ਦੇਖੋ ਪੰਜ ਕੰਟਰੀ ਦੀ ਡੀਡੀਪੀ ਕਿੰਨੀ ਹੋ ਰਹੀ ਹੈ 24% ਤੇ ਦੁਨੀਆ ਦੀ 16% ਗਲੋਬਲ ਟ੍ਰੇਡ ਇਹਨਾਂ ਪੰਜ ਕੰਟਰੀਜ਼ ਵਿੱਚ ਹੁੰਦੀਆਂ ਨੇ 16% ਗਲੋਬਲ ਟ੍ਰੇਡ ਠੀਕ ਹੈ ਤਾਂ ਇਹ ਸਭ ਦੇਖੋ ਓਵਰ ਦਾ ইয়ার্স ব্রিক্স কান্টਰੀਜ਼ ਹੈਵ ਬੀਨ ਕੀ ਇੰਜਨਸ ਆਫ ਗਲੋਬਲ ਇਕਨੋਮੀ ਗਰੋਥ ਚਲੋ ਇਹ ਤਾਂ ਗੱਲਾਂ ਕੁਝ ਹੈ ਨਹੀਂ ਬਸ ਇਹ ਗੱਲਾਂ ਇੰਪੋਰਟੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਚਲੋ ਹੁਣ ਪ੍ਰਧਾਨ ਮੰਤਰੀ ਮੋਦੀ ਜੀ ਗਏ ਸੀਗੇ ਜਾਪਾਨ ਦੇ ਟ੍ਰਿਪ ਤੇ ਟ੍ਰਿਪ ਤੇ ਘੁੰਮਣ ਨਹੀਂ ਗਏ ਸੀਗੇ ਟ੍ਰਿਪ ਤੇ ਕਾਫੀ ਇੰਪੋਰਟੈਂਟ ਗੱਲਾਂ ਹੋਈਆਂ ਨੇ ਬਾਈਲੈਟਰਲ ਮੀਟਿੰਗਸ ਹੋਈਆਂ ਨੇ ਕੁਆਡ ਲੀਡਰਸ ਨਾਲ ਕੁਆਡ ਆਪਾਂ ਗੱਲ ਕੀਤੀ ਬਹੁਤ ਵਾਰ ਕੁਆਡ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਂ ਪੇਪਰ ਚ ਆਇਆ ਸੀ ਪੀਐਸਪੀਸੀਐਲ ਚ ਕਿ ਕੁਆਡ ਕੰਟਰੀਜ਼ ਕਿਹੜੀਆਂ ਨੇ ਤਾਂ ਬੇਸਿਕਲੀ ਤੁਹਾਡੇ ਸਾਹਮਣੇ ਨੇ ਇੰਡੀਆ ਯੂਐਸਏ ਜਾਪਾਨ ਤੇ ਆਸਟ੍ਰੇਲੀਆ ਇਹ ਚਾਰ ਕੰਟਰੀ ਨੇ ਕੁਆਡ ਇਹਨਾਂ ਦੀ ਆਪਸ ਚ ਵੀ ਮੀਟਿੰਗ ਹੋਈ ਆ ਦੇਖੋ ਇਕੱਠੇ ਬੈਠੇ ਨੇ ਸਾਰੇ ਇਕੱਠੇ ਬੈਠੇ ਨੇ ਚਾਰੇ ਆ ਜਾਪਾਨ ਹੋ ਗਿਆ ਆਸਟ੍ਰੇਲੀਆ ਹੋ ਆ ਫਿਰ ਯੂ ਐਸ اے ਹੋ ਗਿਆ ਆ ਫਿਰ ਇੰਡੀਆ ਹੋ ਗਿਆ ਤਾਂ ਇਹ ਚਾਰ ਕੰਟਰੀਜ਼ ਨੇ ਪਹਿਲਾਂ ਇਕੱਠੀ ਹੋਈ ਮੀਟਿੰਗ ਇਹਨਾਂ ਦੀ ਕੁਆਡ ਫਿਰ ਆਪੀਈਐਫ ਦੀ ਗੱਲ ਕੀਤੀ ਚਈ ਸੀ ਇੰਡੋ ਪੈਸੀਫਿਕ ਇਕਨੋਮਿਕ ਫਰੇਮਵਰਕ ਉਹਦੇ ਬਾਰੇ ਅਸੀਂ ਫੇਰ ਦੁਬਾਰਾ ਤੁਹਾਨੂੰ ਇੱਕ ਵਾਰ ਰੀਪ ਕੈਪ ਕਰਾ ਦੂੰਗਾ ਫਿਰ ਮੋਦੀ ਜੀ ਨੇ ਅਲੱਗ-ਅਲੱਗ ਇਹਨਾਂ ਨਾਲ ਵੀ ਮੀਟਿੰਗ ਕੀਤੀ ਜੋ ਬਾਈਡਨ ਨਾਲ ਮੀਟਿੰਗ ਅਲੱਗ ਕੀਤੀ ਹੈ ਆਪਣੇ ਫੂਮੀਓ ਕਿਸ਼ੀ ਦਾ ਨਾਲ ਮੀਟਿੰਗ ਅਲੱਗ ਕੀਤੀ ਹੈ ਤੇ ਆਸਟ੍ਰੇਲੀਆ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਐਂਥਨੀ ਅਲਬਨੀਜ਼ ਐ ਕੁਝ ਕਰਕੇ ਨਾ ਭਾਜੀ ਦਾ ਤਾਂ ਉਹਨਾਂ ਨਾਲ ਅਲੱਗ-ਅਲੱਗ ਮੀਟਿੰਗ ਕੀਤੀ ਹੈ ਆ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਇਹਨਾਂ ਨਾਲੇ ਗੱਲਬਾਤਾਂ ਕਰ ਰਹੇ ਨੇ ਇਹ ਤੇ ਫਿਰ ਜਾਂਦੇ ਜਾਂਦੇ ਦਿਖਾਉਣਾ ਤੁਹਾਨੂੰ ਆ ਪ੍ਰਧਾਨ ਮੰਤਰੀ ਆਗੇ ਜਾਪਾਨ ਦੇ ਫੂਮੀਓ ਕਿਸ਼ੀ ਦਾ ਹੋਣੀ ਇਹਨਾਂ ਨਾਲ ਇਹਨਾਂ ਨੇ ਅਲੱਗ ਤੋਂ ਗੱਲਬਾਤ ਕੀਤੀ ਹੈ ਤਾਂ ਇਹਨਾਂ ਦੇ ਟ੍ਰਿਪ ਤੇ ਬਹੁਤ ਜ਼ਿਆਦਾ ਇੰਪੋਰਟੈਂਟ ਡਵੈਲਪਮੈਂਟਸ ਹੋਈਆਂ ਉਹਨਾਂ ਬਾਰੇ ਗੱਲਾਂ ਕਰਾਂਗੇ ਇਹਨਾਂ ਨੇ ਦੇਖ ਸ਼ਿੰਜ਼ੋ ਆਬੇ ਨਾਲ ਗੱਲਾਂ ਮਾਰਦੇ ਸੀਗੇ ਇਹ ਆ ਫਿਰ ਇਹਨਾਂ ਨੇ ਜਾਂਦੇ ਜਾਂਦੇ ਮੱਛੀਆਂ ਨੂੰ ਉਹ ਵੀ ਖਵਾਏ ਆ ਦੇਖੋ ਮੱਛੀਆਂ ਨੂੰ ਖਵਾ ਰੇ ਖਾਣਾ ਜਾਂਦੇ ਜਾਂਦੇ ਇਹ ਵੀ ਕੀਤਾ 2 ਦਿਨ ਦਾ ਟ੍ਰਿਪ ਸੀਗਾ ਬਹੁਤ ਕੁਝ ਕੀਤਾ ਉੱਥੇ ਤਾਂ ਉਹਦੇ ਬਾਰੇ ਆਪਾਂ ਰੀਕੈਪ ਕਰਦੇ ਹੁਣ ਕੀ ਕੁਝ ਸੀਗਾ ਪਹਿਲੀ ਗੱਲ ਮੋਦੀ ਹੈਲਡ ਬਾਈਲੈਟਰਲ ਮੀਟਿੰਗਸ ਵਿਦ ਯੂਐਸ ਜਪਾਨ ਆਸਟ੍ਰੇਲੀਆ ਐਂਡ ਸਾਈਡਲਾਈਨ ਬਾਈਲੈਟਰਲ ਮਤਲਬ ਕਿ ਦੋ ਮਤਲਬ ਕਿ ਕਲਮ ਕ ਲਈ ਹੈ ਨਾ ਤੇ ਫਿਰ ਕਿਹਦਾ ਕਿਹ ਨਾਲ ਕੀਤੀ ਹੁਣ ਇਹ ਇੰਪੋਰਟੈਂਟ ਹੋ ਗਈ ਗੱਲ ਯੂ ਐਸ ਤੋਂ ਕੌਣ ਸੀ ਕੌਣ ਹੈ ਉਹਨਾਂ ਦੇ ਜੋ ਬਾਈਡਨ ਨੇ ਜਿਹੜੇ ਕਿ 46th ਪ੍ਰੈਜ਼ੀਡੈਂਟ ਨੇ 46th ਪ੍ਰੈਜ਼ੀਡੈਂਟ ਨੇ ਦੂਜੇ ਫੂਮਿਓ ਕਿਸ਼ੀਦਾ ਇਹ ਕੌਣ ਨੇ ਪ੍ਰਧਾਨ ਮੰਤਰੀ 100th ਪ੍ਰਧਾਨ ਮੰਤਰੀ ਦੇ ਕਿੱਥੋਂ ਦੇ ਜਪਾਨ ਦੇ ਤੇ ਤੀਜੇ ਨੰਬਰ ਤੇ ਕੌਣ ਨੇ ਐਂਥਨੀ ਐਲਵਨੀਜ਼ ਇਹ ਰੀਸੈਂਟਲੀ ਬਣੇ ਨੇ 31st ਪ੍ਰਧਾਨ ਮੰਤਰੀ ਨੇ ਤੇ ਪਾਰਟੀ ਕਿਹੜੀ ਹੈ ਇਹਨਾਂ ਦੀ ਸੈਂਟਰ ਲੈਫਟ ਲੇਬਰ ਪਾਰਟੀ ਕਿਹੜੀ ਪਾਰਟੀ ਨਾਲ ਦੀ ਸੈਂਟਰ ਲੈਫਟ ਲੇਬਰ ਪਾਰਟੀ ਇਹ ਵਾਲੀ ਗੱਲ ਇੰਪੋਰਟੈਂਟ ਰੱਖਣੀ ਹੈ ਕਿਉਂਕਿ ਇਹ ਰੀਸੈਂਟ ਦਾ ਹੀ ਕਰੰਟ ਅਫੇਅਰ ਹੈ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਨੇ ਕੌਣ ਐਂਥਨੀ ਐਲਵਨੀਜ਼ 31st ਪ੍ਰਧਾਨ ਮੰਤਰੀ ਬਣੇ ਨੇ ਤੇ ਪਾਰਟੀ ਕਿਹੜੀ ਹੈ ਇਹਨਾਂ ਦੀ ਸੈਂਟਰ ਲੈਫਟ ਲੇਬਰ ਪਾਰਟੀ ਠੀਕ ਹੈ ਸੈਂਟਰ ਲੈਫਟ ਲੇਬਰ ਪਾਰਟੀ ਧਿਆਨ ਰੱਖਣਾ ਹੈ 46th 100 ਤੇ 31st ਹੁਣ ਇਹ ਇੰਪੋਰਟੈਂਟ ਗੱਲਾਂ ਮੋਦੀ ਜੀ ਨੇ ਫੂਮਿਓ ਕਿਸ਼ਦਾ ਜਿਹੜੇ ਕਿ ਹੰਡਰਡਸ ਪ੍ਰਧਾਨ ਮੰਤਰੀ ਨੇ ਜਾਪਾਨ ਦੇ ਉਹਨਾਂ ਨੂੰ ਕੀ ਗਿਫਟ ਕੀਤਾ ਇੱਕ ਵੁੱਡਨ ਬਾਕਸ ਗਿਫਟ ਕੀਤਾ ਵਿਦ ਰੋਗਨ ਪੇਂਟਿੰਗ ਹੁਣ ਆ ਕੀ ਜੱਬ ਆ ਗਿਆ ਨਾ ਤਾਂ ਇਹ ਵੀ ਇੰਪੋਰਟੈਂਟ ਹੈ ਕਿਉਂਕਿ ਸਵਾਲ ਵਿੱਚ ਆ ਸਕਦਾ ਕਿਉਂਕਿ ਮੋਦੀ ਜੀ ਨੇ ਗਿਫਟ ਕੀਤਾ ਤਾਂ ਇਹ ਕੀਤਾ ਕਿ ਇਹਨੂੰ ਜਾਪਾਨ ਦੇ ਫੂਮਿਓ ਕਿਸ਼ਦਾ ਨੇ ਆ ਡੱਬਾ ਜਾਂ ਦੇਖ ਰੇ ਸਿੰਪਲ ਡੱਬਾ ਹੈ ਇਹਦੇ ਉੱਤੇ ਬਸ ਪੇਂਟਿੰਗ ਜੀ ਬਣੀ ਹੋਈ ਹੈ ਹੁਣ ਆ ਕੀ ਜੱਬ ਹੈ ਇਹ ਕੋਈ ਬਾਹਰਲਾ ਕੰਮ ਨਹੀਂ ਆ ਆ ਦੇਖੋ ਕੀ ਹੈ ਇਹ ਰੋਗਨ ਪੇਂਟਿੰਗ ਇੱਕ ਆਰਟ ਹੈ ਕੱਪੜੇ ਤੇ ਪ੍ਰਿੰਟਿੰਗ ਕੀਤੀ ਜਾਂਦੀ ਕਿੱਥੇ ਬਣਾਈ ਜਾਂਦੀ ਹੈ ਕੱਚ ਜ਼ਿਲ੍ਹਾ ਜਿਹੜਾ ਕਿ ਗੁਜਰਾਤ ਵਿੱਚ ਹੈ ਦੇਖੇ ਰੋ ਤੁਸੀਂ ਕੱਚ ਜ਼ਿਲ੍ਹਾ ਜਿਹੜਾ ਗੁਜਰਾਤ ਵਿੱਚ ਹੈ ਉੱਥੇ ਹੁੰਦੀ ਹੈ ਤੇ ਇਹ ਜਿਹੜੀ ਕਰਾਫਟ ਹੈ ਇਹ ਬਣਿਆ ਹੁੰਦਾ ਕਹਿੰਦੇ ਉਬਲੇ ਹੋਏ ਤੇਲ ਤੋਂ ਸਬਜ਼ੀਆਂ ਦੇ ਡਾਈ ਤੋਂ ਤੇ ਉੱਤੇ ਕੱਪੜੇ ਉੱਤੇ ਬਣਾਇਆ ਜਾਂਦਾ ਮੈਟਲ ਬਲਾਕ ਉੱਤੇ ਉਹ ਚਲੋ ਕੰਮ ਦੀ ਗੱਲ ਨਹੀਂ ਹੈ ਇੰਪੋਰਟੈਂਟ ਕੀ ਰੋਗਨ ਪੇਂਟਿੰਗ ਕਿਹਨੂੰ ਗਿਫਟ ਕੀਤੀ ਫੂਮਿਓ ਕਿਸੇ ਦਾ ਨੂੰ ਕੀਤੀ ਤੇ ਕਿੱਥੇ ਬਣਾਈ ਜਾਂਦੀ ਹੈ ਕੱਚ ਜ਼ਿਲ੍ਹੇ ਵਿੱਚ ਬਣਾਈ ਜਾਂਦੀ ਹੈ ਕਿੱਥੇ ਗੁਜਰਾਤ ਵਿੱਚ ਕੱਚ ਜ਼ਿਲ੍ਹੇ ਵਿੱਚ ਬਣਾਈ ਜਾਂਦੀ ਹੈ ਕਿੱਥੇ ਗ ਇਹ ਤਾਂ ਪਹਿਲਾਂ ਵੀ ਦੇ ਚੁੱਕੇ ਨੇ ਇਹ ਇਹ ਤਾਂ ਪਹਿਲਾਂ ਵੀ ਦੇ ਚੁੱਕੇ ਨੇ ਗਿਫਟ ਕਿਹਨੂੰ ਦਿੱਤਾ ਸੀਗਾ ਗਿਫਟ ਇਹ ਇਹ ਗਿਫਟ ਦਿੱਤਾ ਸੀ ਇਹ ਆ ਵੇਖੋ ਮੋਦੀ ਜੀ ਨੇ ਪਹਿਲਾਂ ਗਿਫਟ ਕੀਤਾ ਸੀ ਰੋਗਨ ਪੇਂਟਿੰਗ ਕਿਹਨੂੰ ਕੁਇਨ ਸੀ ਜਿਹੜੀ ਡੈਨਮਾਰਕ ਦੀ ਮਾਰਗਰੇਟ 2 ਜਦੋਂ ਇਸੇ ਮਹੀਨੇ ਉਹ 3 ਦਿਨ ਦਾ ਯੂਰਪ ਦੇ ਟ੍ਰਿਪ ਤੇ ਗਈ ਸੀ ਯਾਦ ਹੈ ਜਰਮਨੀ ਵੀ ਗਏ ਸੀਗੇ ਫਰਾਂਸ ਵੀ ਗਏ ਸੀਗੇ ਤੇ ਜਿਹੜੀ ਨਾਰਡਿਕ ਕੰਟਰੀਜ਼ ਨੇ ਉਹ ਵਾਲੀਆਂ ਫਿਨਲੈਂਡ ਸਵੀਡਨ ਵਗੈਰਾ ਉਹਨਾਂ ਨੂੰ ਵੀ ਮਿਲ ਕੇ ਆਏ ਸੀਗੇ ਉਦਾਂ ਹੋਇਆ ਸੀ ਸੈਕੰਡ ਸਬਮਿਟ ਹੋਇਆ ਸੀ ਯਾਦ ਹੈ ਕੁਝ ਜਿੰਨਾ ਲਾਈ ਹੋਵੇ ਕਲਾਸ ਬਿਲਕੁਲ ਯਾਦ ਹੋਊਗਾ ਨਹੀਂ ਤਾਂ ਆਬਵੀਅਸਲੀ द वर्ड रोगन कम्स फ्रॉम पर्शियन फारसी हुंदा है पर्शियन एदा मतलब हुंदा है वार्निश और ऑयल मतलब की रोगन पेंटिंग पेम ਦਾ ਪਹਿਲਾ ਜਿਹਦਾ ਅਰਥ ਹੈ वार्निश ਜਾਂ ਤੇਲ वार्निश ਜਾਂ ਤੇਲ ਕਮਾਲ ਹੋ ਗਈ ਪੰਜਾਬੀ ਵਿੱਚ ਵੀ मतलब ਲਿਟਰਲੀ ਟ੍ਰਾਂਸਲੇਸ਼ਨ ਕਰਤੀ ਚਲੋ ਹੁਣ इंडिया ਤੇ यूएसए ਨੇ ਬਹੁਤ ਇੰਪੋਰਟੈਂਟ ਡਵੈਲਪਮੈਂਟਸ ਕੀਤੀਆਂ ਨੇ ਪੇਪਰ ਦੇ ਪੁਆਇੰਟ ਆਫ 뷰 ਤੋਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਤਾਂ ਦੋ ਕੰਟਰੀਜ਼ ਨੇ ਦਿੱਤੀ ਯੂਪੀ ਦੇ ਆਰਟ ਦੀ ਦੋ ਕੰਟਰੀ ਨੇ ਇਹਨਾਂ ਨੂੰ ਰੀਨਿਊ ਕੀਤਾ ਹੈ ਤਾਂ ਇੰਡੋ ਯੂਐਸ ਵੈਕਸੀਨ ਐਕਸ਼ਨ ਪ੍ਰੋਗਰਾਮ ਕਿਹੜੀ ਕੰਟਰੀ ਨਾਲ ਇੰਡੀਆ ਨੇ ਕੀਤਾ ਰੀਨਿਊ ਇੰਡੋ ਯੂਐਸ ਮਤਲਬ ਇੰਡੋ ਯੂਐਸ ਵੈਕਸੀਨੇਸ਼ਨ ਨਹੀਂ ਪੁੱਛੋਗੇ ਤੁਹਾਡੇ ਤੋਂ ਇਹ ਪੁੱਛੋਗੇ ਵੀ ਕਿਹੜੀ ਕੰਟਰੀ ਨਾਲ ਵੈਕਸੀਨ ਐਕਸ਼ਨ ਪ੍ਰੋਗਰਾਮ ਰੀਨਿਊ ਕੀਤਾ ਤਾਂ ਉਹਦਾ ਆਨਸਰ ਹੋ ਜਾਊਗਾ ਯੂਐਸਏ ਕੋਈ ਜਾਪਾਨ ਆਸਟ੍ਰੇਲੀਆ ਕੈਨੇਡਾ ਕੁਛ ਨਾ ਕਰਕੇ ਆ ਜਾਓ ਤਾਂ ਕਿ ਇਹ ਕੁਝ ਨਹੀਂ ਹੈ ਵੀ ਰੋਟਾ ਵਾਇਰਸ ਦੀ ਵੈਕਸੀਨ ਬਣਵਾਣੀ ਹੈ ਇੰਡੀਆ ਲਈ ਕੀ ਲਿਖਿਆ ਫਾਰ ਦਾ ਡਿਸਕਵਰੀ ਡਵੈਲਪਮੈਂਟ ਐਂਡ ਮੈਨੂਫੈਕਚਰ ਆਫ ਇੰਡੀਆ ਦੀ ਪਹਿਲੀ ਇੰਡੀਜਿਨियस ਘਰੇ ਰੋਟਾ ਵਾਇਰਸ ਐਂਡ ਕੋਵਿਡ-19 ਵੈਕਸੀਨ ਹੋਰ ਬਣਾਣੀ ਇਹਨਾਂ ਨੇ ਠੀਕ ਹੈ ਰੋਟਾ ਵਾਇਰਸ ਬਾਰੇ ਗੱਲ ਹੋ ਰਹੀ ਹੈ ਧਿਆਨ ਰੱਖੋਗੇ ਕਾਦੇ ਬਾਰੇ ਠੀਕ ਹੈ ਅੱਗੇ ਇੰਡੀਆ ਤੇ ਯੂਐਸਏ ਦੋ ਕੰਟਰੀਜ਼ ਇਹਨਾਂ ਨੇ ਜੁਆਇਨ ਕੀਤਾ ਇੰਡੀਆ ਜੁਆਇਨ ਕਰ ਰਿਹਾ ਹੈ ਕਿ ਇਹਨੂੰ ਕੰਬਾਈਨਡ ਮਿਲਟਰੀ ਫੋਰਸਿਜ਼ ਬਹਰੈਨ ਨੂੰ ਐਜ਼ ਐਨ ਅਸੋਸੀਏਟ ਮੈਂਬਰ ਕੰਬਾਈਨਡ ਮਿਲਟਰੀ ਫੋਰਸਿਜ਼ ਬਹਰੈਨ ਨੂੰ ਐਜ਼ ਐਨ ਅਸੋਸੀਏਟ ਮੈਂਬਰ ਤੇ ਕਿਹੜਾ ਮੈਂਬਰ ਬਣ ਚੁੱਕਾ ਹੈ ਇੰਡੀਆ 35ਵਿੰਥ ਮੈਂਬਰ ਬਣ ਚੁੱਕਾ ਹੈ ਇੰਡੀਆ ਬਿਕਮ ਦਾ ਅੱਛਾ ਲਿਖਿਆ 35th ਮੈਂਬਰ ਆਫ ਦਾ ਮੈਰੀਟਾਈਮ ਪਾਰਟਨਰਸ਼ਿਪ ਬਹੁਤ ਇੰਪੋਰਟੈਂਟ ਚੀਜ਼ਾਂ ਮਨੀਸ਼ਾ ਅਗਰ ਪਹਿਲੀ ਕਲਾਸ ਦੇ ਬਹੁਤ ਜੀ ਆਇਆ ਨੂੰ ਬਸ ਦੇਖੀ ਚਲੋ ਹਜੇ ਬਹੁਤ ਇੰਪੋਰਟੈਂਟ ਗੱਲਾਂ ਕਰਾ ਰਹੇ ਬਾਅਦ ਚ ਗੱਲਾਂ ਕਰਦੇ ਹੈ ਨਾ ਤਾਂ ਇਹ ਜੁਆਇਨ ਕੀਤਾ ਇਹਨਾਂ ਨੇ ਐਜ਼ ਐਨ ਐਸੋਸੀਏਟ ਮੈਂਬਰ ਹੁਣ ਆ ਕੀ ਹੈ ਤਾਂ ਇਸਟੈਬਲਿਸ਼ ਹੋਇਆ 2001 ਵਿੱਚ ਸਿਰਫ 12 ਮੈਂਬਰ ਨਾਲ ਇਹ ਕੋਲੀਸ਼ਨ ਹੈ ਉਹਨੂੰ ਸਿਰਫ ਕਿਹਾ ਜਾਂਦਾ ਸੀਗਾ ਕੰਬਾਈਨਡ ਮੈਰੀਟਾਈਮ ਫੋਰਸਸ ਲੇਕਿਨ ਇਹਦਾ ਹੈੱਡਕੁਆਰਟਰ ਬਹਰੇਨ ਵਿੱਚ ਹੈ ਤਾਂ ਇਹਨੂੰ ਹੁਣ ਸੀਐਮਐਫ ਬਹਰੇਨ ਕਿਹਾ ਜਾਂਦਾ ਮਤਲਬ ਕਿ ਕੰਬਾਈਨਡ ਮਿਲਟਰੀ ਫੋਰਸਸ ਬਹਰੇਨ ਇਹਦੇ ਵਿੱਚ ਆਸਟ੍ਰੇਲੀਆ ਨਿਊਜ਼ੀਲੈਂਡ ਪਾਕਿਸਤਾਨ ਵਾਰੀ ਇੱਕ ਵਰਗੀ ਕੰਟਰੀ ਵੀ ਹੈ ਤੇ ਇੰਡੀਆ ਨੇ ਪਹਿਲੀ ਵਾਰੀ ਇਹਦੇ ਵਿੱਚ ਐਜ਼ ਅਨ ਐਸੋਸੀਏਟ ਮੈਂਬਰ ਇਹਨਾਂ ਨੇ ਜੁਆਇਨ ਕੀਤਾ ਇਹਨੂੰ ਕੀ ਕਹਿੰਦੇ ਨੇ ਇਹਦਾ ਮੇਨ ਟਾਸਕ ਕੀ ਸੀਗਾ ਕਿ ਸਟੈਬਿਲਿਟੀ ਕਰਨੀ ਸੀ ਸਿਕਿਉਰਿਟੀ ਅਕ੍ਰੋਸ ਬਹੁਤ ਸਾਰੇ ਇੰਟਰਨੈਸ਼ਨਲ ਵਾਟਰ ਵੀ ਇਲੀਗਲ ਜਿਹੜਾ ਵੀ ਕੁਝ ਕੰਮ ਹੋ ਰਿਹਾ ਹੋਵੇ ਉਹਦੇ ਲਈ ਬਟ ਅੱਗੇ ਅੱਗੇ ਹੁਣ ਅ ਕਾਊਂਟਰ ਟੈਰੋਰੀਜ਼ਮ ਨਸ਼ੇ ਦੇ ਅਗੇਂਸਟ ਸਮਗਲਿੰਗ ਦੇ ਅਗੇਂਸਟ ਹਰ ਚੀਜ਼ ਤੇ ਹੋ ਚੁੱਕਾ ਹੈ ਤੇ ਹੈੱਡ ਕੁਆਰਟਰ ਇਹਦਾ ਕਿੱਥੇ ਬਹਰੇਨ ਵਿੱਚ ਹੈ ਇਹ ਤੁਹਾਨੂੰ ਪੜਨ ਦੀ ਲੋੜ ਨਹੀਂ ਥੋੜੀ ਸਿਰਫ ਵੈਸੀ ਹੀ ਸੀ ਜਾਣਨ ਲਈ ਤੁਹਾਡੀ ਨੋਲੇਜ ਲਈ ਇੰਪੋਰਟੈਂਟ ਗੱਲ ਕੀ ਹੈ ਕਿ ਸੀਐਮਐਫ ਬਹਰੇਨ ਕੰਬਾਈਨਡ ਮਿਲਟਰੀ ਫੋਰਸਸ ਬਹਰੇਨ ਇੰਡੀਆ ਨੇ ਜੁਆਇਨ ਕੀਤੀ ਐਜ਼ ਅ 35ਵਾਂ 35ਵਾਂ ਮੈਂਬਰ ਜੁਆਇਨ ਕੀਤਾ ਹੈ ਇਹਦੇ ਅੰਦਰ ਦੁਨੀਆ ਪਰ ਦੀ ਪਾਕਿਸਤਾਨ ਵਰਗੀ ਕੰਟਰੀਜ਼ ਵੀ ਨੇ ਇਹ ਇੰਪੋਰਟੈਂਟ ਦੂਜੀ ਗੱਲ ਕੀ ਸੀ ਇੰਡੋ ਯੂਐਸਏ ਵੈਕਸੀਨ ਪ੍ਰੋਗਰਾਮ ਨੂੰ ਰੀਨਿਊ ਕੀਤਾ ਹੈ ਵੀ ਇੰਡੀਆ ਦੀ ਪਹਿਲੀ ਰੋਟਾ ਵਾਇਰਸ ਵੈਕਸੀਨ ਬਣਾਣੀ ਹੈ ਇੱਕ ਉਹ ਤੇ ਲਾਂਚ ਆਫ ਇਹ ਤੀਜਾ ਪੁਆਇੰਟ ਹੈ ਯੂਐਸਏ ਲਈ ਤੀਜਾ ਪੁਆਇੰਟ ਯੂਐਸਏ ਨਾਲ ਯੂनाइटेड स्टेट्स ਇੰਡੀਆ ਇਨੀਸ਼ੀਏਟਿਵ 1 ਕ੍ਰਿਟੀਕਲ ਐਂਡ ਅਮਰਜਿੰਗ ਟੈਕਨੋਲੋਜੀਜ਼ ICET ਸਪੀਅਰ ਹੈਡਡ ਬਾਏ ਮਤਲਬ ਹੈੱਡਕォਨ ਕਰ ਰਹਾ ਇਹਨੂੰ ਨੈਸ਼ਨਲ ਸਕਿਉਰਿਟੀ ਕਾਉਂਸਲ ਆਫ ਦੋਵੇਂ ਕੰਟਰੀਜ਼ ਟੂ ਐਕਸਪੈਂਡ ਪਾਰਟਨਰਸ਼ਿਪ ਇਨ ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀਜ਼ ਜਿਹੜੀ ਨਵੀਆਂ ਟੈਕਨੋਲੋਜੀਆ ਆ ਰਹੀਆਂ ਨੇ ਉਹਦੀ ਫੀਲਡ ਵਿੱਚ ਇੰਡੀਆ ਤੇ ਯੂਐਸਏ ਇੰਡੀਆ ਤੇ ਯੂਐਸਏ ਜਿਹੜੀ ਨਵੀਆਂ ਕੰਟਰੀਜ਼ ਆ ਰਹੀਆਂ ਨੇ ਉਹਨਾਂ ਦੇ ਕੰਟਰੀ ਦੀ ਜਿਹੜੀ ਨਵੇਂ ਟੈਕਨੋਲੋਜੀਆ ਆ ਰਹੀਆਂ ਨੇ ਉਹਨਾਂ ਦੀ ਫੀਲਡ ਵਿੱਚ ਇੰਡੀਆ ਤੇ ਯੂਐਸਏ ਰਲ ਮਿਲ ਕੇ ਵੱਧ ਕੇ ਕੰਮ ਕਰਨਗੇ ਉਹਦੇ ਬਾਰੇ ਕਿਤਾ ਕੀ ਹੈ ਆਈਸੀਈਟੀ ਫੁੱਲ ਫਾਰਮ ਧਿਆਨ ਰੱਖੋਗੇ ਇਨੀਸ਼ੀਏਟਿਵ ਔਨ ਕ੍ਰਿਟੀਕਲ ਐਂਡ ਇਮ ਇਨੀਸ਼ੀਏਟਿਵ ਔਨ ਇਮਰਜਿੰਗ ਕ੍ਰਿਟੀਕਲ ਐਂਡ ਇਮਰਜਿੰਗ ਟੈਕਨੋਲੋਜੀਜ਼ ਬਹੁਤ ਇੰਪੋਰਟੈਂਟ ਆਪਾਂ ਗੱਲ ਕਿਹਦੀ ਕਿਹਦੀ ਕਰ ਲਈ ਜਾਪਾਨ ਦੀ ਹੋ ਗਈ ਯੂਐਸਸੀ ਦੀ ਰਹਿ ਗਈ ਆਸਟ੍ਰੇਲੀਆ ਰਹਿ ਗਿਆ ਆਸਟ੍ਰੇਲੀਆ ਨਾਲ ਜ਼ਿਆਦਾ ਗੱਲਬਾਤ ਅਸੀਂ ਨਹੀਂ ਕੀਤੀ ਇਸ ਟ੍ਰਿਪ ਦਾ ਸਭ ਤੋਂ ਵੱਡਾ ਪਾਰਟ ਸੀਗਾ ਆਈਪੀਈਐਫ ਇੰਡੋਪੈਸੀਫਿਕ ਇਕਨੋਮਿਕ ਫੋਰਮ ਆਪਾਂ ਗੱਲ ਕੀਤੀ ਤੁਹਾਨੂੰ ਮੈਂ ਦੱਸਿਆ ਸੀ ਜਦੋਂ ਆਰਸੀਈਪੀ ਬਾਰੇ ਇਹਦੇ ਵਿੱਚ 15 ਕੰਟਰੀ ਸੀਗੀ ਤੇ ਇੰਡੀਆ ਨੇ ਨਾ ਕਹਿਤਾ ਸੀ 2019 ਵਿੱਚ ਕਾਫੀ ਸਾਰੇ ਪੁਆਇੰਟਰ ਸੀਗੇ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਪੁਆਇੰਟਰ ਸੀ ਵੀ ਦੁੱਧ ਵਾਲਾ ਪੀ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਟੈਕਸ ਲੱਗਣ ਤੋਂ ਬਾਅਦ ਵੀ ਜਿੰਨੇ ਦਾ ਦੁੱਧ ਇੱਥੇ ਪਊਗਾ ਉਹ ਇੰਡੀਆ ਤੋਂ ਵੀ ਉਹ ਇੰਡੀਆ ਤੋਂ ਵੀ ਸਸਤਾ ਪਊਗਾ ਤੇ ਚਾਈਨਾ ਨਾਲ ਹੋ ਜਾਂਦਾ ਰਲ ਜਾਂਦੇ ਤਾਂ ਫ੍ਰੀ ਟ੍ਰੇਡ ਐਗਰੀਮੈਂਟ ਹੋ ਜਾਂਦਾ ਤੇ ਚਾਈਨਾ ਦੇ ਪ੍ਰੋਡਕਟ ਹੋਰ ਸਸਤੇ ਹੋ ਜਾਂਦੇ ਤਾਂ ਇਹੀ ਇੰਡੀਆ ਨੇ ਇਹਨਾਂ ਨੇ ਸ਼ੁਰੂ ਕੀਤਾ ਅਮਰੀਕਾ ਨੇ ਇੰਡੀ ਐਂਡ ਕਰਨਾ ਕੁਝ ਨਹੀਂ ਹੈ ਕਾਊਂਟਰ ਚਾਈਨਾ ਕਰਨਾ ਚਾਈਨਾ ਨੂੰ ਕਾਊਂਟਰ ਕਰਨਾ ਹੈ 13 ਕੰਟਰੀ ਨੇ ਇਹਦੇ ਵਿੱਚ ਕਿਹੜੀ ਕਿਹੜੀਆਂ ਆਸਟ੍ਰੇਲੀਆ ਬਰੂਨੇਈ ਇੰਡੋਨੇਸ਼ੀਆ ਕੋਰੀਆ ਮਲੇਸ਼ੀਆ ਨਿਊ ਜ਼ੀਲੈਂਡ ਫਿਲੀਪੀਨ ਸਿੰਗਾਪੁਰ THAILAND ਵਿਏਟਨਾਮ ਇੰਡੀਆ ਯੂ ਐਸ ਏ ਜਪਾਨ ਇਹ ਕਿਹੜੀਆਂ ਨੇ ਕੁਆਡ ਕੰਟਰੀਜ਼ ਕਹਿੰਦੇ ਸਰ ਕੁਆਡ ਨਹੀਂ ਤਾਂ ਬਣਾਇਆ ਕੁਆਡ ਨਹੀਂ ਨਹੀਂ ਬਣਾਇਆ ਆਈਪੀਈਐਫ ਜਿਹੜਾ ਗਰੁੱਪ ਹੈ ਇਹ ਯੂਐਸਏ ਨੇ ਬਣਾਇਆ ਹੈ ਇਹ ਗੱਲ ਧਿਆਨ ਰੱਖੋ ਇਹ ਗਰੁੱਪ ਹੈ ਯੂਐਸਏ ਨੇ ਬਣਾਇਆ ਹੈ ਕੁਆਡ ਨੇ ਨਹੀਂ ਬਣਾਇਆ ਕੁਆਡ ਕੀ ਹੋ ਗਿਆ ਇੰਡੀਆ ਯੂਐਸਏ ਜਪਾਨ ਆਸਟ੍ਰੇਲੀਆ ਇਹਨਾਂ ਨੇ ਰਲ ਕੇ 50 ਬਿਲੀਅਨ ਡਾਲਰ ਦਿੱਤੇ ਨੇ 5 ਸਾਲ ਦੇ ਇਨਫਰਾਸਟ੍ਰਕਚਰ ਬੂਸਟਰ ਇਕ ਤਰ੍ਹਾਂ ਦਾ ਉਹਨਾਂ ਦੇ ਕੁਝ ਵੀ ਬਣਾਣਗੇ ਜੋ ਵੀ ਬਣਾਉਣਾ ਹੋਗਾ ਇਨਫਰਾਸਟ੍ਰਕਚਰ ਆਪਰੇਸ਼ਨ ਕੋਸ ਜੋ ਕੁਝ ਵੀ ਹੋਊਗਾ ਉਹ ਸਭ ਕੁਝ ਤਾਂ ਇਹ ਸਭ ਹੈ ਧਿਆਨ ਰੱਖੋਗੇ ਬਹੁਤ ਇੰਪੋਰਟੈਂਟ ਗੱਲਾਂ हां जी ਹੁਣ ਠੀਕ ਹੈ ਹਾਂ ਜੀ ਕਰਾ ਤੇ ਦੋਸਤ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਕ ਵਾਰ ਹੁਣ ਲਾਈਕ ਵੀ ਕਰ ਦਿਓ ਜੇ ਕਰ ਸਕਦੇ ਹੋ ਠੀਕ ਹੈ ਚਲੋ ਅਗਲਾ ਮੋਦੀ ਜੀ ਅੱਜ ਜਾਣ ਕੇ ਅੱਜ ਦੀ ਗੱਲ ਹੈ ਪੋਸਟ ਗ੍ਰੈਜੂਏਸ਼ਨ ਸੈਰੇਮਨੀ ਹੋ ਰਹੀ ਹੈ 2022 ਦੀ ਕਿੱਥੇ ਐਟ ਇੰਡੀਅਨ ਸਕੂਲ ਆਫ ਬਿਜ਼ਨਸ ਹਾਈਦਰਾਬਾਦ ਵਿੱਚ ਆਈਐਸਬੀ ਹਾਈਦਰਾਬਾਦ ਹੈ ਤੁਹਾਨੂੰ ਜੇ ਪਤਾ ਹੋਵੇ ਆਈਐਸਬੀ ਇੱਕ ਮੁਹਾਲੀ ਵਿੱਚ ਵੀ ਹੈ ਸਿਰਫ ਦੋ ਕਾਲਜ ਨੇ ਪੂਰੇ ਇੰਡੀਆ ਵਿੱਚ ਆਈਐਮਸ ਦੀ ਗੱਲ ਕਰਦੇ ਆ ਪੀਐਮ ਆਈਐਮ ਐਮਬੀਏ ਬਟ ਇਹ ਇੱਕ ਤਰ੍ਹਾਂ ਨਾਲ ਕਿਹਾ ਜਾਂਦਾ ਹੈ ਆਈਐਮ ਦਾ ਵੀ ਪਿਓ ਹੈ ਆਈਐਮ ਦਾ ਵੀ ਪਿਓ ਇੱਕ ਤਰ੍ਹਾਂ ਨਾਲ ਆਈਐਸਬੀ ਇੰਡੀਅਨ ਸਕੂਲ ਆਫ ਬਿਜ਼ਨਸ ਇੱਕ ਹਾਇਦਰਾਬਾਦ ਵਿੱਚ ਹੈ ਦੂਜੀ ਬਿਲਡਿੰਗ ਕਿੱਥੇ ਮੁਹਾਲੀ ਵਿੱਚ ਹੈ ਤਾਂ ਮੁਹਾਲੀ ਬਾਰੇ ਆਪਾਂ ਗੱਲ ਕਰਾਂਗੇ ਓਬਵੀਅਸਲੀ ਤਾਂ ਆਹ ਵੇਖੋ ਕੈਨ ਗ੍ਰੈਜੂਏਸ਼ਨ ਸੈਰਮਨੀ ਪੋਸਟ ਗ੍ਰੈਜੂਏਸ਼ਨ 2022 ਤੇ ਕਿੱਧਰ ਦੇ ਹਾਇਦਰਾਬਾਦ ਤੇ ਮੁਹਾਲੀ ਕੈਂਪਸ ਦੋਨੇ ਥਾਂ ਦੇ ਜਵਾਕਾਂ ਨੂੰ ਇਹ ਐਡਰੈਸ ਕਰਨੇ ਹਾਇਦਰਾਬਾਦ ਤੇ ਮੁਹਾਲੀ ਦੋਨੇ ਥਾਂ ਤੇ ਇਹ ਐਡਰੈਸ ਕਰਨਗੇ ਹੁਣ ਮੁਹਾਲੀ ਬਾਰੇ ਇੰਪੋਰਟੈਂਟ ਗੱਲ ਇੱਕ ਧਿਆਨ ਰੱਖਣੀ ਹੈ ਕਦੋਂ ਹੋਇਆ ਸੀ ਫਾਊਂਡੇਸ਼ਨ ਮੁਹਾਲੀ ਵਿੱਚ 2010 ਵਿੱਚ ਠੀਕ ਹੈ ਆ ਵੀ ਸਕਦਾ ਨਹੀਂ ਵੀ ਆ ਸਕਦਾ ਬਟ ਇਸ ਵਾਰ ਨਿਊਜ਼ ਵਿੱਚ ਹੈ ਕਿਉਂਕਿ ਮੋਦੀ ਜੀ ਉੱਥੇ ਕਨਵੋਕੇਸ਼ਨ ਸੈਰੇਮਨੀ ਦੇਣਗੇ ਉਹ ਡਿਗਰੀਆਂ ਡੁਗਰੀਆਂ ਦਿੰਦੇ ਨੇ ਉਹ ਕਰਨ ਗਏ ਨੇ ਤਾਂ 2010 ਵਿੱਚ ਆਈਐਸਬੀ ਦੀ ਫਾਊਂਡੇਸ਼ਨ ਹੋਈ ਸੀ ਮੁਹਾਲੀ ਵਿੱਚ ਠੀਕ ਹੈ ਮੁਹਾਲੀ ਵਿੱਚ ਚਲੋ ਮੋਦੀ ਜੀ ਨੇ 40th ਪ੍ਰਗਤੀ ਇੰਟਰੈਕਸ਼ਨ ਕੀਤੀ ਮਤਲਬ ਪ੍ਰਗਤੀ ਇੰਟਰੈਕਸ਼ਨ ਪਤਾ ਕੀ ਹੈ ਹੁਣ ਜਿੱਦਾਂ ਤੁਸੀਂ ਦੇਖਣਾ ਬਜਟ ਵਿੱਚ ਕਾਫੀ ਸਾਰੇ ਵੱਡੀ ਵੱਡੀ ਚੀਜ਼ਾਂ ਆਈਆਂ ਸੀਗੀਆਂ ਕਾਫੀ ਸਾਰੇ ਨਵੇਂ ਪ੍ਰੋਜੈਕਟ ਚਲਾਏ ਸੀਗੇ ਮੋਦੀ ਜੀ ਨੇ ਕਿਤੇ ਹਸਪੀਟਲ ਕਰਤਾ ਕਿਸੇ ਹਾਈਵੇ ਸ਼ੁਰੂ ਕਰਤਾ ਕਿਤੇ 에어ਪੋਰਟ ਦਾ ਕੰਮ ਸ਼ੁਰੂ ਕਰਤਾ ਹੁਣ ਇਹਨਾਂ ਦਾ ਕੰਮ ਚੱਲ ਕਿਦਾਂ ਰਿਹਾ ਉਹ ਸਾਰੀ ਹੁੰਦਾ ਇਹ ਜਿਹੜੀ ਪ੍ਰਗਤੀ ਇੰਟਰੈਕਸ਼ਨ ਹੈ ਪ੍ਰਗਤੀ ਇੰਟਰੈਕਸ਼ਨ ਵਿੱਚ ਕੁਝ ਨਹੀਂ ਹੈ ਇਹ ਸਾਰਾ ਇਹ ਬਿਉਰਾ ਲੈਂਦੇ ਨੇ ਆ ਲੋਕ ਬੈਂਦੇ ਨੇ ਨਾਲ ਪੈਂਜੀ ਨੇ ਨਾਲ ਸੈਕਟਰੀ ਵਗੈਰਾ ਹੋਣੇ ਤਾਂ ਸਾਰਿਆਂ ਤੋਂ ਅਲੱਗ-ਅਲੱਗ ਮਹਿਕਮੇ ਤੋਂ ਅਲੱਗ-ਅਲੱਗ ਮਿਨਿਸਟਰੀਆਂ ਤੋਂ ਉਹਨਾਂ ਤੋਂ ਬਿਉਹਰਾ ਦਿੱਤਾ ਜਾਂਦਾ ਦੱਸੋ ਕੰਮ ਕਿੱਥੇ ਤੱਕ ਪਹੁੰਚਿਆ ਕਿੱਥੇ ਅੜਚਨਾ ਆ ਰਹੀਆਂ ਨੇ ਕੀ ਚੱਲ ਰਿਹਾ ਇੱਥੇ ਠੀਕ ਹੈ ਇਹ ਸਭ ਕੁਝ ਆ ਦੇਖੋ ਤਾਂ ਮੋਦੀ ਜੀ ਨੇ ਇੰਟਰੈਕਟ ਕੀਤਾ ਕੱਲ ਦੀ ਗੱਲ ਹੈ ਟੁਡੇ ਚੇਅਰਡ ਦਾ ਮੀਟਿੰਗ ਆ 40th ਪ੍ਰਗਤੀ ਦਾ ਆਈਸੀਟੀ ਇਨਕਮ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਬੇਸਡ ਮਲਟੀ ਮੋਡਲ ਪਲੈਟਫਾਰਮ ਫਾਰ ਪ੍ਰੋਐਕਟਿਵ ਗਵਰਨੈਂਸ ਐਂਡ ਟਾਈਮਲੀ ਇੰਪਲੀਮੈਂਟੇਸ਼ਨ ਫਲਾਣਾ ਤੇ ਮਗਾ ਕੋ ਆਪਣਾ ਜਿਹੜਾ ਅਸੀਂ ਪੈਸਾ ਲਾਇਆ ਹੋਇਆ ਜਿਹੜਾ ਇੱਥੇ ਪ੍ਰੋਜੈਕਟ ਵਗੈਰਾ ਦੱਸੇ ਹੋਏ ਨੇ ਉਹ ਕਿੱਦਾਂ ਚੱਲ ਰਹੇ ਨੇ ਇਹਦੇ ਵਿੱਚ ਇੱਕ ਗੱਲ ਕਹੀ ਹੈ ਮੋਦੀ ਜੀ ਨੇ ਸੌਰੀ ਨੈਸ਼ਨਲ ਬ੍ਰੌਡਬੈਂਡ ਮਿਸ਼ਨ ਬਾਰੇ ਇਹਦੇ ਵਿੱਚ ਗੱਲ ਕਹੀ ਹੈ ਮੋਦੀ ਜੀ ਨੇ ਕਿਹਦੇ ਬਾਰੇ ਨੈਸ਼ਨਲ ਬ੍ਰੌਡਬੈਂਡ ਮਿਸ਼ਨ ਬਾਰੇ ਹੁਣ ਇਹ ਇੰਪੋਰਟੈਂਟ ਹੈ ਥੋੜੀ ਜਿਹੀ ਸਾਡੇ ਲਈ ਤਾਂ ਮਿਨਿਸਟਰੀ ਆਫ ਕਮਿਊਨੀਕੇਸ਼ਨ ਨੇ ਲਾਂਚ ਕੀਤਾ ਹੈ ਨੈਸ਼ਨਲ ਬ੍ਰੌਡਬੈਂਡ ਮਿਸ਼ਨ ਇਹਦਾ ਕੰਮ ਕੀ ਹੈ ਵੀ ਯੂਨੀਵਰਸਲ ਤੇ ਸਸਤਾ ਬ੍ਰੌਡਬੈਂਡ ਮਿਲੇ ਪੂਰੇ ਇੰਡੀਆ ਵਿੱਚ ਈਵਨ ਜਿਹੜੇ ਪਿੰਡਾਂ ਵਾਲੇ ਇਲਾਕੇ ਨੇ ਉਹ ਵੀ ਤੇ ਇਹ ਜਿਹੜਾ ਮਿਸ਼ਨ ਹੈ ਇਹ ਨੈਸ਼ਨਲ ਡਿਜੀਟਲ ਕਮਿਊਨੀਕੇਸ਼ਨ ਪਾਲਿਸੀ 2018 ਦੇ ਅੰਡਰ ਹੈ ਤੇ ਇਹ ਕਹਿੰਦੇ ਵੀ ਛੇਤੀ ਤੋਂ ਛੇਤੀ ਜਿਹੜਾ ਡਿਜੀਟਲ ਡਿਵਾਈਡ ਹੈ ਹੁਣ ਤੁਸੀਂ ਇੱਕ ਚੀਜ਼ ਇਹ ਨੋਟਿਸ ਕੀਤੀ ਹੋਵੇ ਤੁਸੀਂ ਜੇ ਛੋਟੇ ਸ਼ਹਿਰਾਂ ਵਿੱਚ ਜਾਓ ਉਧਰ ਲੋਕ ਪੀਟੀਐਮ ਨਹੀਂ ਯੂਜ਼ ਕਰਦੇ ਉਧਰ ਲੋਕ ਪੀਟੀਐਮ ਮਤਲਬ ਜਿਹੜੀ ਦੁਕਾਨ ਵਾਲੇ ਨੇ ਉਹ ਵੀ ਨਹੀਂ ਯੂਜ਼ ਕਰਦੇ ਕਹਿੰਦੇ ਪਤਾ ਕੀ ਕਹਿੰਦੇ ਕਹਿੰਦੇ ਜੀ ਚੀਟਿੰਗ ਹੋ ਗਈ ਥੀ ਤਾਂ ਪੀਟੀਐਮ ਪਤਾ ਵੀ ਨਹੀਂ ਕਈਆਂ ਨੂੰ ਤਾਂ ਉਹਦੇ ਲਈ ਕੀਤਾ ਵੀ ਨੈਟ ਜਦੋਂ ਤੱਕ ਪਹੁੰਚੂਗਾ ਨਹੀਂ ਕਿਤੇ ਜਦੋਂ ਤਾਂ ਜ਼ਿਆਦਾ ਨੈਟ ਤੁਸੀਂ ਪਤਾ ਸਰਕਾਰ ਦਾ ਕੰਮ ਹੁੰਦਾ ਦੇਖੋ ਸਰਵਿਸਿਜ਼ ਦੇਣਾ ਤੁਸੀਂ ਕਹੋਗੇ ਨੈਟ ਡਵੈਲਪਿੰਗ ਕੰਟਰੀ ਐ ਅਸੀਂ ਡਵੈਲਪਡ ਜੇ ਬਣਨਾ ਹੈ ਤਾਂ ਇਹੋ ਜੇ ਕੰਮ ਸਾਨੂੰ ਕਰਨੇ ਪੈਣੇ ਤਾਂ ਨੈਸ਼ਨਲ ਬ੍ਰੌਡਬੈਂਡ ਮਿਸ਼ਨ ਬਾਰੇ ਪੁੱਛੋ ਵੀ ਕਿੱਥੇ ਤੱਕ ਪਹੁੰਚ ਗਈ ਹੈ ਗੱਲ ਤਾਂ ਕਿਹਦੇ ਅੰਡਰ ਸੀ ਇਹ ਨੈਸ਼ਨਲ ਡਿਜੀਟਲ ਕਮਿਊਨੀਕੇਸ਼ਨ ਪਾਲਿਸੀ 2018 ਦੇ ਅੰਦਰ ਸੀਗਾ ਠੀਕ ਹੈ ਇਹ ਗੱਲ ਧਿਆਨ ਰੱਖਿਓ ਤੇ ਹੁਣ ਕਰਦੇ ਆ ਜੀ ਆਪਾਂ ਰਿਵੀਜ਼ਨ ਜਿਹੜੇ ਪਰਸੋਂ ਵਾਲੇ ਕਰਨੇ ਸੀਗੇ ਹਨਾ ਇੱਕ ਰਹਿ ਗਿਆ ਕਰੰਟ ਅਫੇਰ ਆਪਾਂ ਕੱਲ ਕਰ ਲੂਗਾ ਬਟ ਰਿਵੀਜ਼ਨ ਕਰਨੀ ਜ਼ਿਆਦਾ ਜ਼ਰੂਰੀ ਹੈ ਤਾਂ ਪਰਸੋਂ ਦੇ ਕਰੰਟ ਅਫੇਰ ਦੀ ਰਿਵੀਜ਼ਨ ਸ਼ੁਰੂ ਹੈ ਚਾਈਨਾ ਦਾ ਜਿਹੜਾ ਪਹਿਲਾ ਪ੍ਰੋਜੈਕਟ ਹੈ ਜਿਹੜਾ ਕਿ ਪਹਿਲਾ ਕਹਿੰਦੇ ਵੀ ਅਰਥ ਤੋਂ ਇਲਾਵਾ ਇੱਕ ਪਲੈਨਟ ਲੱਭਣਾ ਹੈ ਕਹਿੰਦੇ ਪ੍ਰੋਪਰ ਮਿਸ਼ਨ ਉਹਦੇ ਲਈ ਹੈ ਕੀ ਨਾ ਉਹਦਾ ਕਲੋਜ਼ਲੀ ਹੈਬਿਟੇਬਲ ਐਕਸੋਪਲੈਨਟ ਸਰਵੇ ਇਹ ਸ਼ੁਰੂ ਹੋ ਚੁੱਕਾ ਹੈ ਇਹ ਲੱਭਣਾ ਸ਼ੁਰੂ ਕਰਤਾ ਚਾਈਨਾ ਨੇ ਕਿਹਾ ਦੂਜਾ ਇੰਡੀਗੋ ਨੇ ਬਣਾਤਾ ਪੀਟਰਸ ਐਲਬਰਸ ਨੂੰ ਐਸ ਸੀਈਓ ਫਾਊਂਡਰ ਐਮ ਡੀ ਕੌਣ ਨੇ ਇਹਦੇ ਰਾਹੁਲ ਪਾ ਮੈਨਚੈਸਟਰ ਸਿਟੀ ਬਣ ਚੁੱਕੇ ਦੂਜੀ ਮੋੜ ਸਕਸੈਸਫੁਲ ਕਲੱਬ EPL ਯਾਨੀ ਕਿ ਇੰਗਲਿਸ਼ ਪ੍ਰੀਮੀਅਰ ਲੀਗ ਦੀ ਹਿਸਟਰੀ ਵਿੱਚ ਕਿਸ ਕਿਨੂੰ ਹਰਾ ਕੇ ਐਸਟਨ ਵਿਲਾ ਨੂੰ ਹਰਾ ਕੇ ਸਭ ਤੋਂ ਸਕਸੈਸਫੁਲ ਕੌਣ ਹੈ EPL ਵਿੱਚ ਮੈਨਚੈਸਟਰ ਯੂਨਾਈਟਿਡ ਹੈ AC ਮਿلان ਜਿੱਤ ਚੁੱਕੀ ਹੈ ਪਹਿਲਾ ਸੀਰੀਏ ਟਾਈਟਲ AC ਮਿلان ਕਿੱਥੋਂ ਦੀ ਟੀਮ ਹੋਗੀ AC ਮਿلان ਹੋਗੀ ਜੀ ਇਟਲੀ ਦੀ ਟੀਮ ਤਾਂ ਇਹ ਜਿਹੜੇ ਇੰਪੋਰਟੈਂਟ ਰੀਸੈਂਟ ਸੀਗੇ ਮੈਂ ਲਿਖਦੇ ਥੋੜੇ ਲਈ ਦੁਬਾਰੇ ਰਿਵੀਜ਼ਨ ਕਰਦੇ ਤੀਜੀ ਵਾਰ ਚੌਥੀ ਵਾਰ ਰਿਵੀਜ਼ਨ ਕਰਨਾ ਸ਼ਾਇਦ ਇਹਦੇ ਬਾਰੇ ਆਪਾਂ ਬੁੰਡਸ ਲੀਗਾ ਹੁੰਦੀ ਹੈ ਜਰਮਨੀ ਦੀ ਇਹ ਜਿੱਤ ਲਿਆ ਬਾਇਰਨ ਲਾ ਲੀਗਾ ਹੁੰਦਾ ਸਪੇਨ ਦਾ ਜਿੱਤ ਲਿਆ ਰੀਅਲ ਮੈਡਰਿਡ ਨੇ ਇੰਗਲਿਸ਼ ਪ੍ਰੀਮੀਅਰ ਲੀਗ ਇੰਗਲੈਂਡ ਦੀ ਮੈਂਚੈਸਟਰ ਸਿਟੀ ਹੁਣੇ ਆਪਾਂ ਗੱਲ ਪੜਿਆ ਸੀਰੀਏ ਇਟਲੀ ਦਾ ਏਸੀ ਮਿਲਾਨ ਇਹ ਲਿਖਿਆ ਹੋਇਆ ਯੂਐਫਾ ਚੈਂਪੀਅਨਸ ਲੀਗ ਇਹਦਾ ਫਾਈਨਲ ਹੋਣਾ ਇਹਨਾਂ ਵਿੱਚੋਂ ਮੈਂ ਦੱਸ ਦੂੰਗਾ ਜਿਹੜਾ ਵੀ ਆਊਗਾ ਰੀਅਲ ਮੈਡਰਿਡ ਜਾਂ ਫਿਰ ਲਿਵਰਪੂਲ ਤੇ ਲਾਸਟ ਬਟ ਨਾਟ ਦਿਸ ਲੀਗ 1 ਇਹ ਫਰਾਂਸ ਦਾ ਹੁੰਦਾ ਇਹ ਜਿੱਤੀ ਹੈ ਪੀਐਸਜੀ ਜਿਹੜੀ ਮੈਸੀ ਮੈਸੀ ਸੁਣਿਆ ਹੋਣਾ ਉਹ ਉਸੇ ਟੀਮ ਚ ਹੈ ਪੈਰਿਸ ਸੈਂਟ ਜਰਮਨ ਇਹ ਗੱਲਾਂ ਧਿਆਨ ਰੱਖੋਗੇ ਇੱਕ ਹੋਰ ਰਹਿ ਗਿਆ ਸੀ ਇਹ ਯੂਐਫਾ ਯੂਰੋਪਾ ਲ ਇਹ ਤੇ ਵੀ ਜਰਮਨ ਕਲੱਬ ਹੈ ਇੰਟਰਾਕ ਫ੍ਰੈਂਕਫਰਟ ਆਪਣਾ ਪਹਿਲਾ ਯੂਰੋਪੀਅਨ ਟਰਾਫੀ ਜਿੱਤ ਚੁੱਕੇ ਰੇਂਜਰਸ ਨੂੰ ਹਰਾ ਕੇ ਫਿਰ ਐਫ 1 레이ਸਿਸ ਹੋਈਆਂ ਨੇ ਜਿੰਨੀਆਂ ਵੀ ਹੋਈਆਂ ਨੇ ਤੁਹਾਡੇ ਸਾਹਮਣੇ ਨੇ ਇਹਦੇ ਬਾਰੇ ਆਪਾਂ ਬਾਰ-ਬਾਰ ਤੀਜੀ ਵਾਰੀ ਆਪਾਂ ਚੌਥੀ ਵਾਰੀ ਸ਼ਾਇਦ ਗੱਲ ਕਰ ਰਹੇ ਆਪਾਂ ਕਿ ਕੀ ਕਿਹਾ ਸੀ ਏ ਬੀ ਸੀ ਆਸਟ੍ਰੇਲੀਆ ਬਹਾਰੈਨ ਜਿੱਤੀ ਕਿ ਨੇ ਚਾਰਲਸ ਨੇ ਬਾਕੀ ਜਿੰਨੀਆਂ ਵੀ 레이ਸਾਂ ਨੇ ਕਿਹਨੇ ਜਿੱਤ ਲੀਆਂ ਮੈਕਸ ਬਾਜੀ ਮੈਕਸ ਬਾਜੀ ਮੈਕਸ ਬਾਜੀ ਮੈਕਸ ਬਾਜੀ ਟੀਮਾਂ ਦੇ ਨਾਲ ਧਿਆਨ ਰੱਖਣੇ ਨੇ ਚਾਰਲਸ ਫਰਾਰੀ ਦੇ ਚਾਰਲਸ ਫਰਾਰੀ ਦੇ ਬਟ ਮੈਕਸ ਬਾਜੀ ਰੈਡ ਬੁੱਲ ਤੇ ਠੀਕ ਅੱਗੇ ਭੁਵਨੇਸ਼ਵਰ ਨੂੰ ਆਪਣਾ ਪਹਿਲਾ ਸੈਂਸਰੀ ਪਾਰਕ ਮਿਲ ਚੁੱਕਾ ਹੈ ਆਪਾਂ ਗੱਲ ਕੀਤੀ ਸੀ ਪੂਰਾ ਡਿਫਰੈਂਟਲੀ ਏਬਲਡ ਲਈ ਬਜ਼ੁਰਗਾਂ ਲਈ ਪਾਰਕ ਵਧੀਆ ਬਣਾਤਾ ਪਹਿਲਾ ਇੰਡੀਆ ਦਾ ਲਿਓਨਰਡ ਕਰਾਫਟਕ ਜਿਹੜੇ ਕਿ ਪਹਿਲੇ ਰਾਸ਼ਟਰਪਤੀ ਸੀਗੇ ਇੰਡੀਪੈਂਡੈਂਟ ਯੂਕਰੇਨ ਤੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਪਿਆਰ ਨਾਲ ਵਿਲੀ ਫੌਕਸ ਕਿਹਾ ਜਾਂਦਾ ਸੀ ਇਹ ਨਹੀਂ ਮੈਨੂੰ ਪਤਾ ਪਿਆਰ ਨਾਲ ਕਿਹਾ ਜਾਂਦਾ ਸੀ ਬਸ ਕਿਹਾ ਜਾਂਦਾ ਸੀ ਵਿਲੀ ਫੌਕਸ ਅਗੇ ਆਈਐਸਐਸ ਦਾ ਜੂਨੀਅਰ ਵਰਲਡ ਕੱਪ ਹੋਇਆ ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਸਿਫਤਕ ਕੋਰ ਸਮਰਾ ਬਾਰੇ ਵਿਜੇਵੀਰ ਸਿੱਧੂ ਬਾਰੇ ਤਾਂ ਉਹ 33 ਮੈਡਲ ਨਾਲ ਟੌਪ ਕੀਤਾ ਕਿੱਥੇ ਹੋਇਆ ਸੀ ਟੂਰਨਾਮੈਂਟ ਜਰਮਨੀ ਸੁਹਲ ਐਸਯੂਐਚਐਲ ਕਰਕੇ ਥਾਂ ਹੈ ਜਰਮਨੀ ਵਿੱਚ ਹੋਇਆ ਸੀ ਇਹ ਹੋ ਗਿਆ ਪ੍ਰਧਾਨ ਮੰਤਰੀ ਇਹ ਆਪਾਂ ਸਾਰੇ ਇਹਦੇ ਬਾਰੇ ਪੜੀ ਚੁੱਕੇ ਸਾਨੂੰ ਇਹਦੇ ਬਾਰੇ ਹੁਣ ਪੜਨ ਦੀ ਲੋੜ ਨਹੀਂ ਆਪਾਂ ਹੁਣੇ-ਹੁਣੇ ਦੀ ਸਾਰੇ ਡਿਟੇਲ ਵਿੱਚ ਰਿਵੀਜ਼ਨ ਕੀਤੀ ਹੈ ਅਡਾਨੀਆਂ ਨੇ ਨਵੀਂ ਫ੍ਰੈਂਚਾਈਜ਼ੀ ਲੈ ਲਈ ਯੂਏਆਈ ਦੀ ਟੀ20 ਲੀਗ ਵਿੱਚ ਲੈ ਲਈ ਤੇ ਚੌਥਾ ਐਡੀਸ਼ਨ ਹੋਇਆ ਇੰਡੀਆ ਦੀ ਨੇਵੀ ਤੇ ਬੰਗਲਾਦੇਸ਼ ਦੀ ਨੇਵੀ ਦਾ ਕੋਰਪੇਟ ਕਰਕੇ ਕੋਆਰਡੀਨੇਟਿਡ ਪੈਟਰੋਲ ਕਿੱਥੇ ਹੋਇਆ ਨਾਰthern ਬੇ ਆਫ ਬੰਗਾਲ ਵਿੱਚ ਠੀਕ ਹੈ ਨਾਰthern ਬੇ ਆਫ ਬੰਗਾਲ ਵਿੱਚ ਹੋਇਆ ਤੇ ਮੋਦੀ ਜੀ ਨੇ ਵਿਵੇਕ ਕੁਮਾਰ ਨੂੰ ਆਪਣਾ ਨਵਾਂ ਪ੍ਰਾਈਵੇਟ ਸੈਕਟਰੀ ਕਰ ਲਿਆ ਆਪਾਂ ਸਾਰੇ ਪੜ੍ਹ ਲਿਆ ਆਪਾਂ ਪ੍ਰਿੰਸੀਪਲ ਐਡਵਾਈਜ਼ਰ ਐਡਵਾਈਜ਼ਰ ਸੈਕਟਰੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਪੀਐਮਓ ਬਾਰੇ ਗੱਲ ਕੀਤੀ ਸੀ ਆਪਾਂ ਕੱਲ ਕੀਤੀ ਸੀ ਪਤਾ ਨਹੀਂ ਪਰਸੋਂ ਕੀਤੀ ਸੀ ਜਦੋਂ ਵੀ ਕੀਤੀ ਸੀ ਬਸ ਧਿਆਨ ਰੱਖੋ ਤੇ ਵਿਜੇ ਸ਼ੇਖਰ ਸ਼ਰਮਾ ਰੀਪਾਇੰਟਡ ਐਜ਼ ਐਮਟੀਸੀਈ ਆਫ ਪੀਟੀਐਮ ਇਹ ਤਾਂ ਵੈਸੇ ਅੱਜ ਮੈਂ ਸ ਦਰਮੇਂਦਰ ਪ੍ਰਧਾਨ ਨੇ ਲਾਂਚ ਕੀਤਾ ਰੀਡਿੰਗ ਕੈਂਪੇਨ ਪੜ੍ਹੇ ਭਾਰਤ ਬਾਲ ਵਾਟੀਕਾ ਤੋਂ ਲੈ ਕੇ 8ਵੀਂ ਕਲਾਸ ਤੱਕ 100 ਦਿਨਾਂ ਦਾ ਕੈਂਪੇਨ ਸੀ ਬੱਚਿਆਂ ਵਿੱਚ ਛੋਟੇ ਬੱਚਾ ਵਿੱਚ ਕਿਤਾਬ ਪੜ੍ਹਨ ਦਾ ਜਜ਼ਬਾ ਜਾਵੇ ਆਪਣੀ ਮਾਂ ਬੋਲੀ ਵਿੱਚ ਆਪਣੀ ਜਿਹੜੀ ਲੈਂਗੁਏਜ ਹੈ ਉਹਦੇ ਵਿੱਚ ਪੜੋ ਉਹ ਤੇ ਚੱਲ ਮੇਰੇ ਭਰਾ ਅੱਛਾ ਤਾਂ ਇਹ ਹੋ ਚੁੱਕਾ ਹੈ ਪੂਰਾ ਤੇ ਹਜੇ ਵੀ ਜਿਹੜਾ ਇਹ ਆਫਰ ਆਈ ਥਿੰਕ ਚੱਲ ਰਿਹਾ ਹੈ ਇਹ ਵਾਲਾ ਜਿਹੜਾ ਮਹਾਪੈਕ ਸੀਗਾ ਜਿਹੜਾ ਪੂਰਾ 9383 ਲਾ ਕੇ ਤੁਹਾਨੂੰ ਪੈਂਦਾ ਸੀ ਇਹੇ ਇਹ ਆਫਰ ਹਜੇ ਵੀ ਚੱਲ ਰਿਹਾ ਹੈ 11 ਵਜੇ ਤੱਕ ਚੱਲੂਗਾ ਇਹ ਆਫਰ ਜੇ ਕਿਸ ਨੇ ਲੈਣਾ ਹੋਵੇ ਬੈਚ ਬਾਰੇ ਪੁੱਛਦੇ ਸੀ ਬਟ ਹਜੇ ਦੇ ਤੁਸੀਂ ਲੈ ਲੈਂਦੇ ਹੋ ਹਜੇ 9 ਵਜੇ ਨੇ 10 11 ਵਜੇ ਤੱਕ ਇਹ ਆਫਰ ਚੱਲੂਗਾ adda247.com ਤੇ ਹੁਣ ਬੈਚ ਹੈ ਇੱਕ ਬੈਚ 15 1600 17 1800 ਦੋ ਹੈ ਬਟ ਜਿਹੜਾ ਮਹਾ ਪੈਕ ਹੈ ਉਹਦੇ ਵਿੱਚ ਜਿੰਨੇ ਵੀ ਬੈਚ ਨੇ ਜਿੰਨੀਆਂ ਵੀ ਕਲਾਸਾਂ ਜਿੰਨੀਆਂ ਵੀ ਟੈਸਟ ਸੀਰੀਜ਼ ਈ-ਬੁੱਕ ਪੀਡੀਫ ਸਭ ਕੁਝ ਤੁਹਾਨੂੰ ਮਿਲ ਦੋਗਾ ਕਿੰਨੇ ਵਿੱਚ ਸਿਰਫ 1840 ਵਿੱਚ ਤਾਂ ਪੰਜਾਬ MAHAPC ਕੇ ਸਰਚ ਕਰੋ ਇਦਰ ਹੈ ਕਿ ਨਹੀਂ ਸ਼ੋ ਹੋ ਰਿਹਾ ਹਜੇ ਹਾਂ ਹਜੇ ਵੀ ਦੇਖੋ ਸ਼ੋ ਹੋ ਰਿਹਾ ਹੈ 799 ਦਾ ਕਿਉਂਕਿ ਉਹੀ ਹੈ ਜਿਹੜੀ ਸਾਡੀ ਟੀਮ ਹੈ ਉਹ ਆ ਕੇ ਮੈਨੂਅਲੀ ਬੰਦ ਕਰਦੀ ਹੈ ਤਾਂ ਇਹ ਹੈ ਦੇਖੋ 799 ਵਿਊ ਆਫਰ ਤੇ ਜਾਓ ਇਦਰ ਐਂਟਰ 쿠ਪਨ ਕੋਡ ਕਰੋ Y 383 ਕਰੋ ਤੇ ਇਹ ਐਂਟਰ ਦਬਦੋ ਇਹ ਪੈ ਜਾਊਗਾ ਤੁਹਾਨੂੰ ਸਿਰਫ 1840 ਦਾ ਤਾਂ ਵੀਡੀਓ ਦਾ ਬੈਚ ਪੁੱਛਦਾ ਸੀ ਕੋਈ ਲੋਡ ਨਹੀਂ ਅਲੱਗ ਵੀਡੀਓ ਦਾ ਬੈਚ ਲੈਣ ਲੀਜੀ ਹੁਣ ਨੇ ਲੈ ਰਹੇ ਕਿਉਂਕਿ ਵੀਡੀਓ ਦਾ ਬੈਚ ਵੀ 16 1700 ਦਾ ਹੈ ਤੇ ਉਹਦੇ ਵਿੱਚ ਟੈਸਟ ਸੀਰੀਜ਼ ਵੀ ਨਹੀਂ ਕੋਈ ਈ-ਬੁੱਕ ਵੀ ਨਹੀਂ ਹੈ ਇਹਦੇ ਵਿੱਚ ਟੈਸਟ ਸੀਰੀਜ਼ ਵੀ ਹੈ ਈ-ਬੁੱਕ ਵੀ ਹੈ ਪੀਡੀਐਫ ਵੀ ਹੈ ਡਿਸਕਾਊਂਟ ਕੋਡ Y383 ਤੇ ਆਹਾ ਠੀਕ ਹੈ ਤੇ ਤੁਹਾਨੂੰ ਕਮਾਲ ਦੀ ਚੀਜ਼ ਦਿਖਾਉਣਾ ਪੰਜਾਬੀ ਦੀ ਸਾਨੂੰ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਕਹਿੰਦੇ ਸਰ ਪੰਜਾਬੀ ਅਸੀਂ ਪੜ ਲੈਂਦੇ ਸਾਨੂੰ ਨਹੀਂ ਪਤਾ ਟੈਸਟ ਕਿਦਾਂ ਕਰਨਾ ਪੰਜਾਬੀ ਅਸੀਂ ਪੜ ਲੈਂਦੇ ਟੈਸਟ ਕਿੱਥੋਂ ਕਰੀਏ ਤਿਆਰੀ ਕਿੱਥੋਂ ਕਰੀਏ ਉਹਦੇ ਲਈ ਬਹੁਤ ਹੀ ਸੇਰਾ ਟੈਸਟ ਸੀਰੀਜ਼ ਯਾਰ PUNJABI ਪੰਜਾਬੀ ਸਰਚ ਕਰੋਗੇ ਜਿੰਨਾਂ ਕੋਲ ਮਹਾਂਪੈਗਾ ਉਹਨਾਂ ਕੋਲ ਤਾਂ ਆਬਵੀਅਸਲੀ ਹੈ ਹੀ ਇਹ ਤਾਂ ਆਹ ਵੇਖੋ ਪੰਜਾਬੀ ਲੈਂਗੁਏਜ ਦਾ ਫਾਊਂਡੇਸ਼ਨ ਇਹਦੇ ਵਿੱਚ ਦੇਖੋ 2000 ਤੋਂ ਜ਼ਿਆਦਾ ਕੁਐਸਚਨ ਪਾਤੇ ਬਾਈ ਗਾ ਹੀ ਪਾਤਾ ਇਹਨਾਂ ਨੇ ਬਹੁਤ ਵਧੀਆ ਗੱਲ ਲੱਗੀ ਮੈਨੂੰ ਇਹ ਵਾਲੀ ਕਵੈਸਚਨ ਕਰ ਕਰ ਸਕ ਜਾਓਗੇ ਤੁਸੀਂ ਨਾ ਪੜਨਾ ਕਾਰਕ ਵਿਸਮਾ ਕਿਰਿਆ ਵਿਸ਼ੇਸ਼ਣ ਜੋਜਕ ਕਿਰਿਆ ਅਰਖਾਲ ਵਿਸ਼ੇਸ਼ਣ ਲਿੰਗ ਇਕਵਚਨ ਬਹੁਵਚਨ 2000 ਤੋਂ ਜ਼ਿਆਦਾ ਕਵੈਸਚਨ ਨੇ ਇਸ ਟੈਸਟ ਸੀਰੀਜ਼ ਵਿੱਚ ਜੇ ਤੁਸੀਂ ਮਹਾਪੈਕ ਲਿਆ ਹੋਇਆ ਓਬਵੀਅਸਲੀ ਤੁਹਾਨੂੰ ਇਹ ਲੈਂਡ ਦੀ ਲੋੜ ਨਹੀਂ ਹੈ ਜੇ ਕਿਸੇ ਨੇ ਵੈਸੇ ਲੈਣੀ ਹੋਵੇ ਤਾਂ ਸਿਰਫ ਪੰਜਾਬੀ ਸਰਚ ਕਰੇ ਤਾਂ ਇਹੋ ਜਿਹਾ ਰੰਗ ਬਰੰਗਾ ਜਿਹਾ ਕੁਝ ਧਿਆਨ ਰੱਖੇ ਇਹਦੇ ਵਿੱਚ ਜਦੋਂ ਵੀਊ ਆਫਰ ਕਰੋਗੇ ਇਹਦੇ ਵਿੱਚ ਡਿਸਕਾਊਂਟ ਕੋਡ ਲਾ ਲੋਗੇ Y383S ਕਰਕੇ S for SAP ਤਾਂ ਇਹ 218 ਦਾ ਹੋ ਜਾਊਗਾ ਬਾਕੀ ਬੇਸਿਕਲੀ ਹਜੇ ਵੀ ਜਿਹੜਾ ਮਹਾ ਪੈਕ ਹੈ ਉਹਦੇ ਵਿੱਚ ਹੀ ਆਫਰ ਲੈ ਕੇ ਫਾਇਦਾ ਹੈ ਠੀਕ ਹੈ ਦੱਸੋ ਯਾਰ ਗੱਲ ਸਰ ਪੰਜਾਬੀ ਲੈਂਗੁਏਜ ਦਾ ਪ੍ਰੈਕਟਿਸ ਹੈ ਟੈਸਟ ਸੀਰੀਜ਼ ਹੈ 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 ਕਰਵਾ ਦਿੰਨਾ ਅਜੇ ਕਿਸੇ ਕੋਲ ਅਟੈਚ ਨਹੀਂ ਹੋ ਰਿਹਾ ਮੈਂ ਕਰਵਾ ਦੂੰਗਾ ਟੈਨਸ਼ਨ ਨਾ ਲੋ ਪੀਡੀਐਫ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਕਮੈਂਟਾਂ ਵਿੱਚ ਮਿਲ ਜੂਗੀ 2 2.5 ਘੰਟੇ ਚ ਮਹਾ ਪੈਕ ਵਾਲੀ ਕਲਾਸ ਸ਼ਾਇਦ 27 ਤੋਂ ਸ਼ੁਰੂ ਹੋ ਰਹੀ ਹੈ ਕੱਲ ਤੋਂ ਸ਼ਾਇਦ ਹਾਂ ਅਮਰੀਸ਼ ਰਿਸ਼ੀ ਮੈਂ ਮੈਂ ਕਹਿ ਦੇਣਾ ਟੈਨਸ਼ਨ ਨਹੀਂ ਲੈਣੀ ਹੈਗੇ ਆ ਕਿਤੇ ਨਹੀਂ ਹੈਗੇ 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 ਆ ਸੀ ਹੈਗੇ ਆ ਸੀ ਠੀਕ ਹੈ ਚਲੋ ਯਾਰ ਹੈਨਾ ਸਰ ਸ਼੍ਰੀਕਲ ਆਲ ਦਾ ਬੈਸਟ ਬਾਏ ਬਾਏ